ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਅਤੇ ਕਰਾਉਣ ਵਾਲੇ ਲੀਡਰ ਅਫਸਰ ਅਤੇ ਭੂ ਮਾਫੀਆ ਦਾ ਇੱਕ ਗੱਠਜੋੜ ਹੈ। ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਉਹ ਭਰਾੜੀਵਾਲ, ਫਤਿਹਪੁਰ, ਝਬਾਲ ਦੇ ਲਾਗੇ ਕਿਸ ਤਰ੍ਹਾਂ ਕਾਰਪੋਰੇਸ਼ਨ ਦੀ ਥਾਂ ਨੂੰ ਮਾਫੀਆ ਵੇਚ ਗਿਆ, ਕਿਸੇ ਦੀ ਕਹਿੰਦੇ ਨਾ ਵੀ ਸਿਹਤ 'ਤੇ ਕੋਈ ਅਸਰ ਨਹੀਂ। ਇਹਨਾਂ ਨੂੰ ਕਬਜ਼ੇ 'ਚ ਫਾਇਦਾ, ਕਬਜ਼ੇ 'ਚ ਇਹਨਾਂ ਦੇ ਵਿੱਚ ਮਾਲ ਮਿਲਦਾ, ਅਤੇ ਜੇ ਸਰਕਾਰ ਕੋਲ ਆ ਗਿਆ ਤਾਂ ਉਹ ਸਰਕਾਰ ਵੇਚ ਕੇ ਸਰਕਾਰ ਦੇ ਖਜ਼ਾਨੇ ਪੈਸਾ ਦੇ ਦੇਣਾ, ਅਫਸਰਾਂ ਨੂੰ ਕੀ ਮਿਲਣਾ। ਜੀ, ਅਸੀਂ ਲੜ ਰਹੇ ਹਾਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ਾ ਹੋਇਆ ਅਤੇ ਉਸ ਕਬਜ਼ੇ ਨੂੰ ਮੁਕਤ ਕਰਾ ਦਿੱਤਾ ਜਾਏ ਭੂ ਮਾਫੀਆ ਅਤੇ ਜਿਹੜੇ ਲੀਡਰਾਂ ਦੇ ਚੁੰਗਲ 'ਚੋਂ। ਕੋਈ ਮੌਜੂਦਾ MLA ਕੱਟਣ ਇਮਾਨਦਾਰ ਸਰਕਾਰ ਦਾ ਪਾਰਟੀ ਦਾ ਕੱਟੜ ਇਮਾਨਦਾਰ MLA ਕੋਈ ਨਹੀਂ ਬੋਲਿਆ। ਪੰਜ MLA ਨੇ, ਪੰਜ MLA ਨੂੰ ਅਸੀਂ ਬਾਰ ਬਾਰ ਅਪੀਲ ਕਰ ਰਹੇ ਹਾਂ ਵੀ ਬੋਲੋ ਇਸ ਮੁੱਦੇ 'ਤੇ, ਚੁੱਪ ਨੇ। ਫਿਰ ਜੇ CBI ਨੂੰ ਮਾਮਲਾ ਟ੍ਰਾਂਸਫਰ ਹੋ ਗਿਆ ਅਤੇ ਫਿਰ ਅਗਲੇ 5-7 ਸਾਲ ਚੱਲਦਾ ਰਹਿਣਾ ਕੰਮ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਸਰਕਾਰ ਆਪਣੇ ਪੈਸੇ ਦੀ ਰਿਕਵਰੀ ਕਿਉਂ ਨਹੀਂ ਕਰਦੀ? ਜੇ ਪੰਜਾਬ ਸਰਕਾਰ ਪੂਰੀਆਂ ਜ਼ਮੀਨਾਂ ਦਾ, ਪੰਚਾਇਤੀ ਜ਼ਮੀਨਾਂ ਦਾ ਜਾਂ ਸਰਕਾਰੀ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਦਾ ਕਰ ਲਵੇ ਨਾ ਕੰਗਾਲ ਨੇ, ਅਤੇ ਪੰਜਾਬ ਦਾ ਸਾਰਾ ਹੀ ਕਰਜ਼ਾ ਲੈ ਜਾਏ। ਇਹਨਾਂ ਦੇ ਨਿਸ਼ਾਨਦੇਹੀ ਆਪਣੀ ਸਰਕਾਰੀ ਜ਼ਮੀਨ ਦੀ ਲੱਭਦੀ ਨਹੀਂ, ਪ੍ਰਾਈਵੇਟ ਦੀ ਉਸੇ ਟਾਈਮ ਨਿਸ਼ਾਨਦੇਹੀ ਦੇ ਦਿੰਦੇ ਆ, ਇਹਨਾਂ ਨੇ ਕੀ ਰਿਕਾਰਡ ਖੰਗਾਲਣਾ। ਸਤਿ ਸ਼੍ਰੀ ਅਕਾਲ, ਨਮਸਕਾਰ, ਮੈਂ ਹਾਂ ਦੀਪਕ ਭੰਡਾਰੀ, ਤੁਸੀਂ ਦੇਖ ਰਹੇ ਹੋ D4U ਨਿਊਜ਼। ਦੱਸਾਂਗੇ ਕਿ ਕਿਸ ਤਰ੍ਹਾਂ ਗਿੱਧ ਵਾਂਗੂ ਪੰਜਾਬ ਦੀ ਧਰਤੀ ਨੂੰ ਨੋਚਿਆ ਜਾ ਰਿਹਾ। BSF ਦੀ ਜਿਹੜੀ ਇਹ ਚੌਂਕੀ 1995 ਦੇ ਵਿੱਚ ਬਣੀ ਸੀ, ਜ਼ਿਲ੍ਹਾ ਫਿਰੋਜ਼ਪੁਰ, ਸਰਹੱਦੀ ਇਲਾਕਾ ਹੈ, ਪਿੰਡ ਪੱਲਾ ਮੇਘਾ। ਅਤੇ BSF ਦੀ ਚੌਂਕੀ ਦਾ ਜਿਹੜਾ ਨਾਂ ਹੈ ਉਹ ਹੈਗਾ ਨਿਊ ਮੁਹੰਮਦੀ ਵਾਲਾ। ਅਤੇ ਇਸ ਜ਼ਮੀਨ ਕਿਸ ਤਰ੍ਹਾਂ ਕਾਗਜ਼ਾਂ ਦੇ ਨਾਲ ਹੇਰ ਫੇਰ ਕੀਤਾ ਜਾਂਦਾ, 46 ਕਰਾਲਾਂ ਜ਼ਮੀਨ ਹੈ ਕਿਸੇ ਹੋਰ ਬੰਦੇ ਦੇ ਨਾਂ 'ਤੇ, ਜਿੱਥੇ ਕਿ BSF ਦੀ ਚੌਂਕੀ ਹੈ ਉਸ ਨੂੰ ਟ੍ਰਾਂਸਫਰ ਕੀਤਾ ਜਾਂਦਾ ਅਤੇ ਫਿਰ ਮੁਆਵਜ਼ਾ ਵੀ ਸਰਕਾਰ ਕੋਲੋਂ ਲੈ ਲਿਆ ਜਾਂਦਾ, 1 ਕਰੋੜ ਅਤੇ 11 ਲੱਖ ਰੁਪਏ। ਇਹ ਮਾਮਲਾ ਚੁੱਕਦੇ ਨੇ ਰਿਟਾਇਰਡ ਰੈਵਨਿਊ ਅਧਿਕਾਰੀ ਨਿਸ਼ਾਨ ਸਿੰਘ। 2019 ਦੇ ਵਿੱਚ ਇਹ ਮਾਮਲਾ ਚੁੱਕਿਆ ਗਿਆ ਸੀਗਾ, ADC ਵੱਲੋਂ ਇਨਕੁਆਇਰੀ ਹੋ ਚੁੱਕੀ ਹੈ ਅਤੇ ਕਈ ਅਫਸਰਾਂ ਨੂੰ ਉਹਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਿਆ। ਪਰ ਤੁਸੀਂ ਦੇਖੋ ਇਹ ਕਿਸ ਤਰ੍ਹਾਂ ਸਿਸਟਮ ਉਲਝਿਆ, ਹਜੇ ਤੱਕ ਕਈ ਦੋਸ਼ੀ ਅਧਿਕਾਰੀਆਂ ਦੇ ਉੱਤੇ ਕਾਰਵਾਈ ਨਹੀਂ ਹੋਈ ਹੈ। ਸਰਕਾਰੀ ਪੈਸਾ ਲੁੱਟੀ ਜਾਓ, ਉਹਨਾਂ ਦਾ ਤਾਂ ਇਹ ਕਹਿਣਾ ਕਿ ਜੇ ਇਕੱਲਾ ਜ਼ਿਲ੍ਹੇ ਫਿਰੋਜ਼ਪੁਰ ਦੇ ਵਿੱਚ ਹੀ ਜਾਂਚ ਹੋ ਜਾਵੇ ਸਰਕਾਰੀ ਜ਼ਮੀਨਾਂ 'ਤੇ ਕਿੰਨੇ ਕਿੰਨੇ ਕਬਜ਼ੇ ਕੀਤੇ, ਉਹਨਾਂ ਦਾ ਦਾਅਵਾ ਹੈ 10,000 ਏਕੜ ਜ਼ਮੀਨ ਦੇ ਉੱਤੇ ਇਹਨਾਂ ਦਾ ਕਬਜ਼ਾ ਹੈ। ਇਸ ਖਬਰ ਨੂੰ ਅਸੀਂ 19 ਸਤੰਬਰ ਨੂੰ ਡਿਟੇਲ ਦੇ ਨਾਲ ਕੀਤਾ ਸੀਗਾ ਵੀ ਕਿਸ ਤਰ੍ਹਾਂ ਪਹਿਲੇ ਚਿੱਠੀ ਲਿਖਦੇ ਨੇ BSF ਬਟਾਲੀਅਨ ਦੇ ਜਿਹੜੇ ਕਮਾਂਡੈਂਟ ਹੈ ਉਹ ਚਿੱਠੀ ਲਿਖਦੇ ਨੇ, ਫਿਰ ਕਿਸ ਤਰ੍ਹਾਂ ਜਿਹੜਾ ਫਿਰੋਜ਼ਪੁਰ ਦੇ ADC ਆਪਣੀ ਰਿਪੋਰਟ ਦਿੰਦੇ ਨੇ, ਫਿਰ ਚੀਫ ਸੈਕਟਰੀ ਨੂੰ ਪੰਜਾਬ ਨੂੰ ਲਿਖਦੇ ਨੇ BSF ਦੇ ਕਮਾਂਡੈਂਟ। ਉਹਦਾ ਡਿਸਕ੍ਰਿਪਸ਼ਨ 'ਚ ਅਸੀਂ ਉਹਦਾ ਲਿੰਕ ਪਾ ਦਿਆਂਗੇ ਅਤੇ ਉਹਦੇ 'ਚ ਹੁਣ ਇੱਕ ਨਵਾਂ ਮੋੜ ਆਇਆ। ਇਹ ਨਿਸ਼ਾਨ ਸਿੰਘ ਮਾਨਯੋਗ ਗਵਰਨਰ ਨੂੰ ਚਿੱਠੀ ਲਿਖਦੇ ਨੇ ਅਤੇ ਉਸ ਤੋਂ ਬਾਅਦ ਚਿੱਠੀ ਆਉਂਦੀ ਹੈ ਇੱਕ ਹੋਰ ਡਿਪਟੀ ਕਮਿਸ਼ਨਰ ਨੂੰ ਰੈਵਨਿਊ ਡਿਪਾਰਟਮੈਂਟ ਦੀ, ਜਿਹਦੇ ਵਿੱਚ ਕਿ ਇਹ ਲਿਖਿਆ ਵੀ ਕਿੰਨਾ ਸਾਲ ਕਈ ਹੋ ਗਏ ਨੇ ਇਸ ਮਾਮਲੇ ਨੂੰ ਅਤੇ ਇਸ ਮਾਮਲੇ ਨੂੰ ਤੁਸੀਂ ਸੁਲਟਾਉਂਦੇ ਕਿਉਂ ਨਹੀਂ। ਅਸੀਂ ਇਸ ਨੂੰ ਲੈ ਕੇ ਨਿਸ਼ਾਨ ਸਿੰਘ ਨਾਲ ਵੀ ਗੱਲਬਾਤ ਕੀਤੀ ਹੈ। ਇਸ ਤੋਂ ਪਹਿਲੇ ਮੈਂ ਗੱਲ ਕਰਾਂਗਾ ਮੇਰੇ ਸਾਥੀ ਰਾਕੇਸ਼ ਸ਼ਰਮਾ ਦੇ ਨਾਲ। ਸ਼ਮਾ ਜੀ, ਤੁਸੀਂ ਦੇਖੋ ਅਸੀਂ ਰੌਲਾ ਪਾਉਂਦੇ ਹਾਂ ਕਿ ਸਰਕਾਰੀ ਜ਼ਮੀਨਾਂ 'ਤੇ ਕਬਜ਼ੇ ਕਰਨ ਵਾਲੇ ਅਤੇ ਕਰਾਉਣ ਵਾਲੇ ਲੀਡਰ ਅਫਸਰ ਅਤੇ ਭੂ ਮਾਫੀਆ ਦਾ ਇੱਕ ਗੱਠਜੋੜ ਹੈ। ਜਿਵੇਂ ਕਿ ਅੰਮ੍ਰਿਤਸਰ ਦੇ ਵਿੱਚ ਉਹ ਭਰਾੜੀਵਾਲ, ਫਤਿਹਪੁਰ, ਝਬਾਲ ਦੇ ਲਾਗੇ ਕਿਸ ਤਰ੍ਹਾਂ ਕਾਰਪੋਰੇਸ਼ਨ ਦੀ ਥਾਂ ਨੂੰ ਮਾਫੀਆ ਵੇਚ ਗਿਆ, ਕਿਸੇ ਦੀ ਕਹਿੰਦੇ ਨਾ ਵੀ ਸਿਹਤ 'ਤੇ ਕੋਈ ਅਸਰ ਨਹੀਂ ਹੈ, ਕੋਈ ਬੋਲਿਆ ਨਹੀਂ। ਉਹ ਗੱਲ ਭੰਡਾਰੀ ਸਾਹਿਬ, ਜਿੱਦਾਂ ਫਿਰੋਜ਼ਪੁਰ ਦੇ ਵਿੱਚ ਸਲੂਟ ਆ ਸਰਦਾਰ ਨਿਸ਼ਾਨ ਸਿੰਘ ਨੂੰ, ਸਰਕਾਰੀ ਜ਼ਮੀਨ ਨੂੰ ਮੁਕਤ ਕਰਾਉਣ ਲਈ, ਸਰਕਾਰੀ ਜਿਹੜਾ ਰੈਵਨਿਊ ਧੋਖੇ ਨਾਲ ਲਿਆ ਗਿਆ ਉਹਨੂੰ ਵਾਪਸ ਕਰਾਉਣ ਲਈ ਲੜਾਈ ਲੜ ਰਹੇ ਆ, ਉਹਨਾਂ ਨਹੀਂ ਮਿਲਣਾ ਕੁਛ ਜੀ। ਉਸੇ ਤਰ੍ਹਾਂ ਇੱਥੇ ਅਸੀਂ ਸਰਕਾਰੀ ਜ਼ਮੀਨ ਨੂੰ ਮੁਕਤ ਕਰਾਉਣ ਭੜਾਰੀਵਾਲ ਦੀ ਨੂੰ ਅਸੀਂ ਲੜਾਈ ਲੜਨ ਡੇ ਹਾਂ, ਜਿਹੜਾ ਕੰਮ ਸਰਕਾਰ ਦਾ ਐਡਮਿਨਿਸਟ੍ਰੇਸ਼ਨ ਦਾ, ਐਡਮਿਨਿਸਟ੍ਰੇਸ਼ਨ ਸਾਡਾ ਸਾਥ ਕੋਈ ਦੇ ਨਹੀਂ ਰਹੀ।
ਢਿੱਲਾ ਮੱਠਾ ਉਹ ਤਾਂ ਉਹਨਾਂ ਨੂੰ ਜਦੋਂ ਪੁੱਛਦੇ ਉਦੋਂ ਕਹਿੰਦੇ ਵੀ ਆਹ ਕਰ ਲਓ, ਉਦੋਂ ਕਹਿੰਦੇ ਆਹ ਕਰ ਲਓ। ਇਹਨਾਂ ਨੂੰ ਕਬਜ਼ੇ 'ਚ ਫਾਇਦਾ, ਕਬਜ਼ੇ 'ਚ ਇਹਨਾਂ ਦੇ ਵਿੱਚ ਮਾਲ ਮਿਲਦਾ, ਅਤੇ ਜੇ ਸਰਕਾਰ ਕੋਲ ਆ ਗਿਆ ਤਾਂ ਉਹ ਸਰਕਾਰ ਵੇਚ ਕੇ ਸਰਕਾਰ ਦੇ ਖਜ਼ਾਨੇ ਪੈਸਾ ਚਲ ਜਾਣਾ, ਅਫਸਰਾਂ ਨੂੰ ਕੀ ਮਿਲਣਾ ਜੀ। ਇਹ ਗੱਲ ਹੈਗੀ ਹੈ, ਇਸ ਕਰਕੇ ਇਹ ਕੰਮ ਨੂੰ ਲੈਂਦੇ ਨਹੀਂ। ਹੁਣ ਜਿਹੜੀ ਇਹ ਗੱਲ ਹੈਗੀ ਹੈ, ਮੈਂ ਥੋੜ੍ਹੀ ਜਿਹੀ ਡਿਟੇਲ ਡਿਟੇਲ 'ਚ ਦੱਸ ਦੇਵਾਂ ਵੀ ਡਾਕਟਰ ਅਤੁਲ ਫੈਲਜਲੇ ਜੀ ਆਈ ਜੀ ਆ, 8/8/2024 ਨੂੰ ਲੇਟੈਸਟ ਚਿੱਠੀ ਲਿਖਦੇ ਇਸ ਮਾਮਲੇ ਵਿੱਚ ਗੁਰਕਿਰਤ ਕਿਰਪਾਲ ਸਿੰਘ ਜੀ ਨੂੰ, ਪ੍ਰਿੰਸੀਪਲ ਸੈਕਟਰੀ ਹੋਮ ਨੂੰ ਜੀ। ਆਉਂਦੇ ਵੀ ਬੀ ਓ ਪੀ ਨਿਊ ਮੁਹੰਮਦੀ ਵਾਲਾ ਬਣਾਉਣ ਲਈ ਅਸੀਂ ਜ਼ਮੀਨ ਅਕੁਆਇਰ ਕਰਨੀ ਸੀ 2012 ਵਿੱਚ, ਅਤੇ ਐਸ ਡੀ ਐਮ ਕਮ ਐੱਲ ਏ ਸੀ ਲੈਂਡ ਐਕੁਆਜੀਸ਼ਨ ਕਲੈਕਟਰ ਐਸ ਡੀ ਐਮ ਕੋ ਪਾਵਰਾਂ ਹੁੰਦੀਆਂ ਜੀ, ਉਹਨਾਂ ਦਾ ਹੀ ਵੀ ਅਸੀਂ 46 ਕਨਾਲ ਜ਼ਮੀਨ ਅਕੁਆਇਰ ਕਰ ਲਈ, ਅਤੇ ਉਹਦਾ ਮੁਆਵਜ਼ਾ ਜਿਹੜਾ 1,11,08,236 ਰੁਪਈਏ ਦੇ ਦਿੱਤਾ ਜੀ। ਸਾਲ 2019 ਵਿੱਚ ਆਉਂਦੇ ਏ ਡੀ ਸੀ ਡੀ ਜਰਨਲ ਹੈਗੇ ਫਿਰੋਜ਼ਪੁਰ ਵੱਲੋਂ ਕੀਤੀ ਗਈ ਇਨਕੁਆਇਰੀ ਵਿੱਚ ਪਾਇਆ ਗਿਆ ਕਿ ਬਲਕਾਰ ਸਿੰਘ ਪਟਵਾਰੀ ਪਿੰਡ ਪੱਲਾ ਮੇਘਾ ਨੇ ਜ਼ਮੀਨ ਦੇ ਦਸਤਾਵੇਜ਼ਾਂ ਵਿੱਚ ਜਾਲਸਾਜੀ ਕੀਤੀ ਜੀ। ਹੁਣ ਹੁੰਦਾ ਕੀ ਵੀ 14/6/19 ਨੂੰ ਬੀ ਐੱਸ ਐੱਫ ਦਰਖਾਸਤ ਦਿੰਦੀ ਹੈ ਵੀ ਸਾਡੇ ਨਾਲ ਫਰਾਡ ਹੋਇਆ, ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ 46 ਕਨਾਲ ਸੀ ਨਾ ਜ਼ਮੀਨ ਜੀ ਇਹਦੇ ਸਰਕਾਰੀ ਜੀ ਸਰਕਾਰ, ਜਿਹੜੀ 16 ਕਨਾਲ ਤਾਰੋ ਪਾ ਰਹੀ ਉਹ ਤਾਂ ਬੀ ਐੱਸ ਐੱਫ ਦੀ ਚੌਂਕੀ 1995 'ਤੇ ਬੈਠੀ ਸੀ ਜੀ, ਅਤੇ ਬੀ ਐੱਸ ਐੱਫ ਵਾਲਿਆਂ ਨੂੰ ਹੀ ਬੀ ਐੱਸ ਐੱਫ ਦੀ ਜ਼ਮੀਨ ਵੇਚਦੀ ਗਈ ਸਰਕਾਰੀ ਦੇਖੋ ਸਰਕਾਰ ਦੇ। ਉਹ ਤਾਂ ਜਦੋਂ ਉਸ ਵੇਲੇ ਤਹਿਸੀਲਦਾਰ ਸੀ, ਉਹਨਾਂ ਨੇ ਕੀ ਕੀਤਾ 31/12/2003 ਨੂੰ ਇਹ ਜ਼ਮੀਨ ਜਿਹੜੀ ਆ ਇੱਕ ਬੰਦੇ ਨੂੰ ਅਲਾਟ ਕਰਤੀ, ਉਹਨੂੰ ਕਹਿਤਾ ਵੀ ਇਹ ਤੇਰੀ ਆ ਵਸੀਕਾ ਨੰਬਰ 60 ਵਸੀਕਾ ਨੰਬਰ ਦੇ ਰਾਹੀਂ ਜਿਹੜਾ ਜੀ ਉਹ ਬੰਦੇ ਦੇ ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਮਾਲਕ ਬਣਾਤਾ, ਬੰਦਾ ਵੀ ਇਹਨਾਂ ਦਾ ਆਪਣਾ ਹੀ, ਜਿੱਥੇ ਉਹ ਕਹੋ ਪੈਸੇ ਦਿਓ ਮੈਨੂੰ ਜੀ। ਸਰਕਾਰੀ ਚੌਂਕੀ ਵਾਲੀ ਜਗ੍ਹਾ ਨੂੰ ਵੇਖੋ ਪ੍ਰਾਈਵੇਟ ਬੰਦੇ ਨੂੰ ਮਾਲਕ ਬਣਾਤਾ, ਤਾਂ ਹੀ ਉਹ ਕਹਿੰਦੇ ਵੀ ਰੈਵਨਿਊ ਤੇ ਪਟਵਾਰੀ 'ਚ ਬੜੀ ਤਾਕਤ ਆ ਜੀ। ਜਦੋਂ ਪਟਵਾਰੀ ਨੇ ਕੰਮ ਕੀਤਾ, ਇਹ ਬਾਕੀ ਅਫਸਰਾਂ ਨੇ ਅੱਖਾਂ ਮੀਟੀਆਂ ਸੀ, ਇਹ ਸਾਰੇ ਨਾਲ ਰਲੇ ਸੀ ਜੀ। ਚਲੋ ਜਦੋਂ ਬੀ ਐੱਸ ਐੱਫ ਨੇ ਦਰਖਾਸਤ ਦੇ ਦਿੱਤੀ, ਪੜਤਾਲ ਡੀ ਸੀ ਸਾਹਿਬ ਵੱਲੋਂ ਏ ਡੀ ਸੀ ਨੂੰ ਚੱਲ ਗਈ ਜੀ। ਏ ਡੀ ਸੀ ਨੇ ਬੜਿਆਂ ਅਧਿਕਾਰੀਆਂ ਦੀ ਟਿੱਪਣੀਆਂ ਕੀਤੀਆਂ, ਕਈ ਐੱਸ ਡੀ ਐੱਮ ਕਈ ਕਾਨੂੰਗੋ ਸਾਰਿਆਂ ਨੇ ਇਹਦੇ ਵਿੱਚ ਜੀ ਪਟਵਾਰੀਆਂ ਨੇ ਹੇਰਾਫੇਰੀ ਕੀਤੀ ਆ, ਸਭ 'ਤੇ ਕਾਰਵਾਈ ਹੋਣੀ ਚਾਹੀਦੀ ਆ। ਆਪਣਾ ਉਹਨਾਂ ਨੇ ਮੂੰਹ ਮਿੱਠਾ ਡੀ ਸੀ ਸਾਹਿਬ 3 ਬੰਦਿਆਂ ਲਈ ਖਿਲਾਫ਼ ਪਰਚਾ ਦਰਜ ਕਰਾਇਆ, ਐੱਸ ਐੱਸ ਪੀ ਨੂੰ ਭੇਜਦੇ ਆ, ਅਤੇ ਐੱਸ ਐੱਸ ਪੀ ਸਾਹਿਬ ਅੱਗੋਂ ਵਿਜੀਲੈਂਸ ਨੂੰ ਮਾਮਲਾ ਭੇਜ ਦਿੰਦੇ ਆ ਜੀ, ਵੀ ਜਿਹਨੇ 4 ਸਾਲ ਤਫਤੀਸ਼ ਕਰਦੀ ਜੇ ਜੀ, ਅਤੇ 2023 ਦੇ ਵਿੱਚ 3 ਬੰਦਿਆਂ 'ਤੇ ਪਰਚਾ ਦਰਜ ਹੋ ਜਾਂਦਾ ਜੀ। ਹੁਣ ਜਿਹੜੇ ਡੀ ਆਈ ਜੀ ਸਾਹਿਬ ਲਿਖਦੇ ਆ, ਆਉਂਦੇ ਵੀ ਗਲਤ ਤਰੀਕੇ ਨਾਲ ਵੈਧ ਤਰੀਕੇ ਨਾਲ ਆਪਣੇ ਆਪ ਨੂੰ ਵਿੱਤੀ ਫਸਿਆਦਾ ਫਾਇਦਾ ਪਹੁੰਚਾ ਲਈ, ਰਿਕਾਰਡ 'ਚ ਰਫਰੀ ਕਰ ਗਈ ਅਤੇ ਆਪਣੇ 2 ਰਿਸ਼ਤੇਦਾਰਾਂ ਦੇ ਨਾਮ ਜ਼ਮੀਨ ਦਾ ਮਾਲਕ ਬਣਾਤਾ ਜੀ 46 ਕਨਾਲ ਦਾ, ਅਤੇ ਆਉਂਦੇ ਵੀ ਜ਼ਮੀਨ ਸੂਬਾ ਸਰਕਾਰ ਰਾਹੀਂ ਅਕੁਆਇਰ ਕੀਤੀ ਗਈ ਸੀ। ਇਸ ਗੱਲ ਵਾਲਾ ਇਸ਼ਾਰਾ ਕਰਦਾ ਕਿ ਸਿਵਲੀਅਨ ਲੈਵਲ ਸਰਕਾਰ ਨਾਲ ਸੈਂਟਰ ਸਰਕਾਰ ਨਾਲ ਇਹ ਧੋਖਾ ਆ, ਜ਼ਮੀਨ ਦਾ ਮੁਆਵਜ਼ਾ ਗਲਤ ਤਰੀਕੇ ਨਾਲ ਲਿਆ ਗਿਆ, ਪੈਸਾ ਸਾਡਾ ਬੇਕਾਰ ਗਿਆ, ਤੁਸੀਂ ਸਰਕਾਰੀ ਜ਼ਮੀਨ ਦਾ ਸਾਡੇ ਕੋਲ ਪੈਸਾ ਲੈ ਲਿਆ ਗਿਆ, ਤੁਸੀਂ ਜਿਹੜਾ ਸੈਂਟਰ ਦੇ ਫੰਡ ਦਿੰਦੇ ਨਾ ਬੀ ਐੱਸ ਐੱਫ ਵਾਸਤੇ ਜੀ। ਆਉਂਦੇ ਵੀ 21/2/23 ਨੂੰ ਡੀ ਐੱਸ ਸੀ ਐੱਸ ਐੱਸ ਵਿਜੀਲੈਂਸ ਫਿਰੋਜ਼ਪੁਰ ਦੇ ਰਾਹੀਂ 3 ਵਿਅਕਤੀਆਂ ਉਹਦੇ ਐੱਫ ਆਈ ਆਰ ਦਰਜ ਕੀਤੀ ਜਾਂਦੀ ਆ, ਪਟਵਾਰੀ ਅਤੇ ਉਹਦੇ 2 ਰਿਸ਼ਤੇਦਾਰਾਂ ਦੇ ਜੀ, ਅਤੇ ਉਹਨਾਂ ਨੂੰ ਅਰੈਸਟ ਕਰਕੇ ਜੁਡੀਸ਼ੀਅਲ ਰਿਮਾਂਡ ਦੇ ਭੇਜ, ਜਿਹੜੇ ਹੁਣ ਫਿਲਹਾਲ ਜ਼ਮਾਨਤ ਦੇ ਆ, ਉਹ ਉਹਨਾਂ ਨੂੰ ਮੰਗ ਕਰਦੇ ਵੀ ਮੁਕੱਦਮਾ ਜਲਾਇਆ ਨੇ ਦੋਸ਼ੀਆਂ ਵਿਰੁੱਧ ਜਲਦੀ ਚਲਾਇਆ ਜਾਵੇ, ਅਤੇ ਸੈਂਟਰਲ ਗੌਰਮੈਂਟ ਵੱਲੋਂ ਜਿਹੜੇ ਇਹਨਾਂ ਨੇ ਪੈਸੇ ਲਏ ਆ ਉਹ ਵਾਪਸ ਕਰਾਏ ਜਾਣ, ਕਿਉਂਕਿ ਬੀ ਐੱਸ ਐੱਫ ਦੇ ਵਿੱਤੀ ਹਿੱਤਾਂ ਨੂੰ ਮੁੱਖ ਰੱਖਦੇ ਹੋਇਆਂ ਫਰਜ਼ੀ ਅਤੇ ਗੈਰ ਕਾਨੂੰਨੀ ਮਾਲਕੀ ਦੇ ਆਧਾਰ 'ਤੇ, ਜਿੱਦਾਂ ਇੱਥੇ ਹੋਈ ਆ ਭਰਾੜੀਵਾਲ ਦੇ ਵਿੱਚ ਜੀ 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 ਜੀ, ਗੈਰ ਕਾਨੂੰਨੀ ਮਾਲਕੀ ਨੇ ਇੱਥੇ ਵੀ ਸਬ ਅਰਬਨ ਦੇ ਨੰਬਰ ਪਾ ਗਏ ਜੀ, ਅਤੇ ਅਰਬਨ ਦੇ ਵਿੱਚ ਯੋਗ ਕਾਨੂੰਨੀ ਪ੍ਰਕਿਰਿਆ ਅਪਣਾਉਣ ਲਈ ਕਿਹਾ ਜਾਵੇ। ਹੁਣ ਵੇਖੋ ਸਰਕਾਰੀ ਜ਼ਮੀਨ
ਜੀ ਸਰਕਾਰ ਆਪਣਾ ਪੈਸਾ ਲੈਣ ਵਾਸਤੇ ਨਹੀਂ ਕੋਈ ਕਾਰਵਾਈ ਕਰਨ ਦੀ, ਕਿੰਨੇ ਅਫਸਰ ਦੀ ਛੱਡਦੇ, ਕੋਈ ਇਕੱਲਾ ਪਟਵਾਰੀ ਕਰ ਸਕਦਾ? ਦਰਸ਼ਕਾਂ ਨੂੰ ਦੁਬਾਰਾ ਚਿੱਠੀ, ਵੈਸੇ ਤੇ ਡਿਸਕ੍ਰਿਪਸ਼ਨ ਚ ਅਸੀਂ ਲਿੰਕ ਪਾਤਾ, ਉਹ ਪੂਰੀ ਖਬਰ ਤੁਹਾਨੂੰ ਉੱਥੋਂ ਪਤਾ ਲੱਗ ਜਾਏਗਾ। ਪਰ ਜਿਹੜੀ BSF ਵਾਲੇ ਚਿੱਠੀ ਲਿਖਦੇ ਨਾ ਜੀ ਆਪਣੇ ਚੀਫ ਸੈਕਟਰੀ ਪੰਜਾਬ ਨੂੰ, ਉਹਦੇ 'ਚ ਹਵਾਲਾ ਦਿੰਦੇ ਨੇ ਰਕੇਸ਼ ਜੀ, ਉਹ ਕਹਿੰਦੇ ਵੀ ਹਿੰਦੀ ਦੀ ਇਹ ਰਿਪੋਰਟ ਹੈ ਵੀ ADC ਨੇ ਬਹੁਤ ਕਹਿੰਦੇ ਗਹਿਰਾਈ ਅਤੇ ਇਮਾਨਦਾਰੀ ਦੇ ਨਾਲ ਜਿਹੜੀ ਡਿਪਟੀ ਫਿਰੋਜ਼ਪੁਰ ਦੇ DA ਡਿਸਟ੍ਰਿਕਟ ਅਟਾਰਨੀ ਅਤੇ ਕਾਨੂੰਨੀ ਰਾਏ ਲੈਣ ਤੋਂ ਬਾਅਦ ਹੀ SSP ਫਿਰੋਜ਼ਪੁਰ ਨੂੰ FIR ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ ਸੀ। ਇਸ ਕੇਸ ਦੇ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਕੋਈ ਵੀ ਸਰਕਾਰੀ ਪੈਸੇ 1,11,08,236 ਰੁਪਏ ਦੀ ਕਹਿੰਦੇ ਪ੍ਰਵਾਹ ਹੀ ਨਹੀਂ ਕੀਤੀ, ਅਤੇ ਜ਼ਮੀਨ BSF ਦੀ ਸੀਮਾ ਚੌਂਕੀ ਲਈ ਇਹਨਾਂ ਨੇ ਐਕਵਾਇਰ ਵਿਖਾਈ ਗਈ, ਜਦਕਿ ਇਹ ਸੀਮਾ ਚੌਂਕੀ ਬਣੀ ਸੀ ਜਦੋਂ ਉਸ ਤੋਂ ਪਹਿਲੇ ਜ਼ਮੀਨ ਜਿਹੜੀ ਹੈ ਸੈਂਟਰਲ ਗੌਰਮੈਂਟ ਦੀ ਸੀ, ਅਤੇ ਬਾਅਦ 'ਚ ਮਾਲ ਵਿਭਾਗ ਨੇ ਸਰਕਾਰੀ ਰਿਕਾਰਡ ਦੇ ਵਿੱਚ ਤੋੜ ਫੋੜ ਕੀਤਾ ਅਤੇ 1,11,08,236 ਰੁਪਏ ਦਾ ਫਰੋਡ ਕੀਤਾ। ਇਹ ਫਰੋਡ ਜਿਹੜਾ ਹੈ ਮਾਲ ਵਿਭਾਗ ਫਿਰੋਜ਼ਪੁਰ ਦੇ ਉੱਚ ਅਧਿਕਾਰੀ ਵੱਲੋਂ ਕੀਤਾ ਗਿਆ। ADC ਜਨਰਲ ਦੀ ਰਿਪੋਰਟ 21-8-2019 ਨੂੰ ਦੀ ਕੁੱਲ ਜਿਹੜੀ ਹੈ 19 ਪੇਜਾਂ ਦੀ ਇਹ ਰਿਪੋਰਟ ਹੈ, ਬਿਲਕੁਲ ਸਹੀ ਸਪਸ਼ਟ ਹੈਗੀ ਹੈ। ਇਸ ਰਿਪੋਰਟ ਦੇ ਵਿੱਚ SDM ਤਹਿਸੀਲਦਾਰ ਕਾਨੂੰਗੋ ਪਟਵਾਰੀਆਂ ਨੂੰ ਵੀ ਦੋਸ਼ੀ ਪਾਇਆ ਗਿਆ, ਇਹ BSF ਦੇ ਜਿਹੜੇ ਅਫਸਰ ਲਿਖ ਰਹੇ ਨੇ ਚੀਫ ਸੈਕਟਰੀ ਸਾਹਿਬ ਨੂੰ। ਇਸ ਰਿਪੋਰਟ ਦੇ ਬਾਅਦ ਜਿਹੜੀ ਅੱਗੇ ਦੀ ਕਾਰਵਾਈ ਹੈ ਸਾਰੇ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ, ਇਹ ਸਾਰੇ ਉਹਨਾਂ ਦੀ ਮਿਲੀ ਭਗਤ ਦੇ ਨਾਲ ਹੋਈ ਹੈ। ਕਿਉਂਕਿ ਨਿਸ਼ਾਨ ਸਿੰਘ ਦਾ ਇਹ ਕਹਿਣਾ ਸੀਗਾ ਕਿ ਮੈਂ ਵਾਰ ਵਾਰ ਸ਼ਿਕਾਇਤਾਂ ਕਰ ਰਿਹਾ ਪਰ ਮੇਰੀ ਸ਼ਿਕਾਇਤ ਦੇ ਉੱਤੇ ਕੋਈ ਸੁਣਵਾਈ ਨਹੀਂ ਕਰ ਰਿਹਾ। ਕਿਉਂਕਿ ਤੁਸੀਂ ਦੇਖੋ ਰਕੇਸ਼ ਜੀ, ਅਸੀਂ ਜਿਵੇਂ ਪਹਿਲੇ ਗੱਲ ਕੀਤੀ ਵੀ ਅਸੀਂ ਲੜ ਰਹੇ ਹਾਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ਾ ਹੋਇਆ ਅਤੇ ਉਸ ਕਬਜ਼ੇ ਨੂੰ ਮੁਕਤ ਕਰਾ ਦਿੱਤਾ ਜਾਏ ਭੂ ਮਾਫੀਆ ਅਤੇ ਜਿਹੜੇ ਲੀਡਰਾਂ ਦੇ ਚੁੰਗਲ 'ਚੋਂ। ਕੋਈ ਮੌਜੂਦਾ MLA ਕੱਟੜ ਇਮਾਨਦਾਰ, ਸਰਕਾਰ ਦਾ ਪਾਰਟੀ ਦਾ ਕੱਟੜ ਇਮਾਨਦਾਰ MLA ਕੋਈ ਨਹੀਂ ਬੋਲਿਆ। 5 MLA ਨੇ ਇੱਥੇ, 5 MLA ਨੂੰ ਅਸੀਂ ਬਾਰ ਬਾਰ ਅਪੀਲ ਕਰ ਰਹੇ ਹਾਂ ਵੀ ਬੋਲੋ ਇਸ ਮੁੱਦੇ ਦੇ, ਚੁੱਪ ਨੇ। ਡਾਕਟਰ ਰਾਜੀਵ ਗੁਪਤਾ ਨੇ ਮੇਰੇ ਵੱਲੋਂ ਪੁੱਛਣ 'ਤੇ ਇੱਕ ਵਾਰੀ ਕਿਹਾ ਸੀ ਵੀ ਮੈਂ ਕਿਸੇ ਇੰਚ ਜ਼ਮੀਨ 'ਤੇ ਕਬਜ਼ਾ ਨਹੀਂ ਹੁੰਦਿਆਂਗਾ, ਪਰ ਉਸ ਤੋਂ ਬਾਅਦ ਉਹ ਵੀ ਸ਼ਾਂਤ ਨੇ ਅਤੇ ਹੁਣ ਸਾਡਾ ਡਿਊਟੀ ਥੋੜ੍ਹੀ ਕੀ ਸੀ ਉਹਨਾਂ ਨੂੰ ਵਾਰ ਵਾਰ ਪੁੱਛਦੇ ਰਹੀਏ। ਇਹ ਨਿਸ਼ਾਨ ਸਿੰਘ ਨਾਲ ਗੱਲ ਕਰਨ ਤੋਂ ਪਹਿਲੇ ਮੈਂ ਦੱਸਦਿਆਂ ਤੁਹਾਨੂੰ, ਉਹ ਫਿਰ ਇੱਕ ਚਿੱਠੀ ਲਿਖਦੇ ਨੇ ਮਾਨਯੋਗ ਗਵਰਨਰ ਪੰਜਾਬ ਨੂੰ ਅਤੇ ਉਹ ਆਖਦੇ ਨੇ ਕਿ ਮੈਂ ਵਾਰ ਵਾਰ ਸਰਕਾਰ ਨੂੰ ਚਿੱਠੀਆਂ ਲਿਖ ਰਿਹਾ, ਰੈਵਨਿਊ ਡਿਪਾਰਟਮੈਂਟ ਨੂੰ ਲਿਖ ਰਿਹਾ, ਕਾਰਵਾਈ ਕੋਈ ਨਹੀਂ ਹੋ ਰਹੀ ਮੇਰੇ ਦੇ ਉਹਦੇ 'ਤੇ ਮੇਰੀ ਸ਼ਿਕਾਇਤ ਦੇ ਉੱਤੇ। ਫਿਰ ਉਹ ਮਾਨਯੋਗ ਸੁਪਰੀਮ ਕੋਰਟ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਇੱਕ ਚਿੱਠੀ ਲਿਖ ਦਿੰਦੇ ਨੇ, ਉਹਦੇ 'ਚੋਂ ਦੋ ਚੀਜ਼ਾਂ ਦਾ ਜ਼ਿਕਰ ਕਰਦੇ ਨੇ, ਇੱਕ BSF ਦੀ ਜਿਹੜੀ ਚੌਂਕੀ ਹੈ 46 ਕਿਲਾਣਾ ਅਤੇ ਇੱਕ 에ਅਰਸਟ੍ਰਿਪ ਦੀ ਗੱਲ ਕਰਦੇ ਨੇ। ਅਸੀਂ ਵੀ ਉਹ ਖਬਰ ਕੀਤੀ ਸੀ ਕਿਸ ਤਰ੍ਹਾਂ ਸਰਕਾਰੀ ਜ਼ਮੀਨ 에ਅਰਫੋਰਸ ਦੀ ਜ਼ਮੀਨ ਜਿੱਥੇ ਕਿ ਜਹਾਜ਼ ਉਤਰਦੇ ਸਨ ਉਹ ਵੀ ਜ਼ਮੀਨ ਜਿਹੜੀ ਉਹ ਵੇਚ ਦਿੱਤੀ ਗਈ, ਉਹਦਾ ਵੀ ਕੱਖ ਨਹੀਂ ਬਣਿਆ। ਅਤੇ ਫਿਰ ਇਹ ਚਿੱਠੀ ਇੱਕ ਜਿਹੜੀ ਹੈ 30 ਸਤੰਬਰ 2024 ਨੂੰ ਜਾਰੀ ਹੁੰਦੀ ਹੈ, ਮਾਲ ਵਿਭਾਗ ਜਾਰੀ ਕਰਦਾ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ, ਜਿਹਦੇ 'ਚ ਵਿਸ਼ਾ ਲਿਖਿਆ ਵੀ ਕਹਿੰਦੇ ਸਟ੍ਰਿਕਟ ਐਕਸ਼ਨ ਟੂ ਬੀ ਟੇਕਨ ਅਗੇਂਸਟ ਦਾ ਆਫਿਸਰਸ ਹੂ ਹੈਵ ਕੌਜ਼ਡ ਸੀਰੀਅਸ ਡੈਂਟ ਇਨ ਦਾ ਸਿਕਿਉਰਿਟੀ ਆਫ ਦੀ ਨੇਸ਼ਨ ਬਾਈ ਸੈਲਿੰਗ BSF ਐਂਡ ਇੰਡੀਅਨ ਆਰਮੀ ਲੈਂਡ ਸਿੰਸ ਲਾਸਟ 30 ਈਅਰਸ ਔਰ ਸੋ ਅਕਰੋਸ ਦਾ ਇੰਡੋ ਪਾਕ ਬਾਰਡਰ ਐਟ ਫਿਰੋਜ਼ਪੁਰ ਪੰਜਾਬ। ਅੱਗੇ ਲਿਖਦੇ ਨੇ ਵਿਸ਼ਾ ਅੰਕਿਤ ਮਾਮਲੇ ਦੇ ਸੰਬੰਧ ਵਿੱਚ ਆਪ ਨੂੰ ਗਵਰਨਰ ਸਕੱਤਰੇਤ ਪੰਜਾਬ ਰਾਜ ਭਵਨ ਚੰਡੀਗੜ੍ਹ ਰਾਹੀਂ ਸ਼੍ਰੀ ਨਿਸ਼ਾਨ ਸਿੰਘ ਪੁੱਤਰ ਦਲੀਪ ਸਿੰਘ ਇਹ ਕਾਨੂੰਗੋ ਨੇ ਜਿਹੜੇ ਰਿਟਾਇਰ ਹੋ ਚੁੱਕੇ ਨੇ, ਪਿੰਡ ਵਾਸੀ ਮੋਲਫਾਲ ਜ਼ਿਲ੍ਹਾ ਫਿਰੋਜ਼ਪੁਰ ਤੋਂ ਪ੍ਰਾਪਤ ਹੋਈ ਸ਼ਿਕਾਇਤ ਮਿਤੀ 19-8-2024 ਦੀ ਕਾਪੀ ਭੇਜ ਕੇ ਲਿਖਿਆ ਜਾਂਦਾ ਹੈ ਕਿ BSF ਫਿਰੋਜ਼ਪੁਰ ਦੇ ਜ਼ਮੀਨ ਅਕਵਾਇਰਿੰਗ ਮਾਮਲੇ ਸੰਬੰਧੀ ਕੀਤੀ ਗਈ ਕਾਰਵਾਈ ਬਾਰੇ ਪ੍ਰਾਰਥੀ ਨੂੰ ਸਿੱਧੇ ਤੌਰ 'ਤੇ ਸੂਚਿਤ ਕਰਦੇ ਹੋਏ ਸਰਕਾਰ ਨੂੰ ਵੀ ਰਿਪੋਰਟ ਭੇਜਣੀ ਯਕੀਨੀ ਬਣਾਈ ਜਾਵੇ। ਹੁਣ ਅਸੀਂ ਗੱਲ ਕਰਾਂਗੇ ਨਿਸ਼ਾਨ ਸਿੰਘ ਜਿਹੜੇ ਕਿ ਰਿਟਾਇਰ ਕਾਨੂੰਗੋ ਦੇ, ਉਹਨਾਂ ਦੇ ਨਾਲ ਕਿ ਉਹ ਇੰਨੇ ਸਾਲਾਂ ਤੋਂ ਲੜਾਈ ਲੜ ਰਹੇ ਨੇ ਅਤੇ ਉਹਨਾਂ ਦੀ ਕੋਈ ਸੁਣਵਾਈ ਕਿਉਂ ਨਹੀਂ ਕਰ ਰਿਹਾ।
ਹਾਂ ਸਤਿ ਸ਼੍ਰੀ ਅਕਾਲ ਨਿਸ਼ਾਨ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਨਿਸ਼ਾਨ ਸਿੰਘ ਜੀ, ਇੱਕ ਤੁਸੀਂ ਸੁਪਰੀਮ ਕੋਰਟ ਚੀਫ ਜਸਟਿਸ ਆਫ ਇੰਡੀਆ, ਇਹਨਾਂ ਨੂੰ ਚਿੱਠੀ ਲਿਖੀ ਹੈ। ਇੱਕ ਤੁਸੀਂ ਲਿਖੀ ਹੈ ਗਵਰਨਰ ਪੰਜਾਬ ਨੂੰ, ਹੈ ਨਾ, ਤੇ ਉਹਦੇ ਤੇ ਹੁਣ ਜਿਹੜੀ ਹੈ ਰਿਪੋਰਟ ਮੰਗ ਲਈ ਗਈ ਹੈ, ਤੇ ਤੁਹਾਡਾ ਕੀ ਕਹਿਣਾ ਵੀ ਕੋਈ ਵੀ ਅਧਿਕਾਰੀ ਜਿਹੜੀ ਕਿ BSF ਦੀ ਲੈਂਡ ਦੀ ਤੁਸੀਂ ਗੱਲ ਕਰਦੇ ਸੀ ਵੀ ਉਹ ਜਿਹੜੀ ਹੈ ਜਿਹੜੀ ਚੌਂਕੀ ਹੈ ਪਿੰਡ ਪੱਲਾ ਮੇਘਾ ਤੇ ਮੁਹੰਮਦੀ ਵਾਲਾ, ਜਿਹੜੀ ਨਿਊ ਮੁਹੰਮਦੀ ਵਾਲਾ ਚੌਂਕੀ ਹੈ 1995 ਦੇ ਵਿੱਚ ਬਣੀ ਸੀ, ਕੀ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਅਫਸਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਇਹੀ ਤਾਂ ਮੈਂ ਕਿੰਨੀ ਘੱਟੋ ਘੱਟ 2-3 ਸਾਲ ਤੋਂ ਰੋ ਰਿਹਾ ਜੀ। ਜਿਹੜਾ ਜਿਹੜੇ ਤੱਥ ਨੇ ਨਾ ਇਹਨਾਂ ਨੇ ਵਿਚਾਰੇ ਪਹਿਲਾਂ ਜੀ, ਵੀ ਉਹ ਜਿਹੜੇ ਅੱਖੋਂ ਓਹਲੇ ਕੀਤੇ ਗਏ, ਮੈਂ ਉਹ ਤੱਥ ਤੁਹਾਨੂੰ ਦੱਸਣਾ ਚਾਹੁੰਦਾ। ਸਰਕਾਰ ਨੂੰ ਵੀ ਦੱਸ ਰਿਹਾ, ਉੱਪਰ ਸੈਂਟਰ ਨੂੰ, ਅਦਾਲਤਾਂ ਨੂੰ, ਹਾਈਕੋਰਟ, ਸੁਪਰੀਮ ਕੋਰਟ ਨੂੰ ਵੀ ਦੱਸ ਰਿਹਾ, ਸੈਂਟਰ ਸਰਕਾਰ ਨੂੰ ਵੀ ਦੱਸ ਰਿਹਾ ਵੀ ਜਿਹੜੇ ਤੱਥ ਇਹਨਾਂ ਨੇ ਲੁਕੋਏ ਨੇ ਕਿਹਨਾਂ ਨੇ ਲੁਕੋਏ ਨੇ, ਹਾਂਜੀ ਕਿਹਨਾਂ ਨੇ ਲੁਕੋਏ ਨੇ, ਜਿਹੜੇ ਅਫਸਰਾਂ ਨੇ ਲੁਕੋਏ ਨੇ। ਅਫਸਰ ਮੇਨ ਕੌਣ ਇਹਦੇ ਵਿੱਚ ਜਿਹੜੇ ਲੁਕੋ ਰਹੇ ਨੇ? ਦੇਖੋ ਜੀ, ADC ਨੇ ਪੜਤਾਲ ਕੀਤੀ ਜੀ, ਉਹਨੇ ਤਹਿਸੀਲਦਾਰ SDMਾਂ ਨੂੰ, ਕਈ ਕਾਨੂੰਗੋ ਤਹਿਸੀਲਦਾਰ ਬੜਵਾਰੀਆਂ ਨੂੰ ਦੋਸ਼ੀ ਬਣਾਇਆ ADC ਨੇ, ਬਿਲਕੁਲ ਠੀਕ ਹੈ। ADC ਦੀ ਪੜਤਾਲ ਤੇ ਦੋਸ਼ੀ ਨੇ ਬੰਦੇ, ਬਟ ਗਾਂ DC ਨੇ ਕੀ ਕੀਤਾ ਵੀ 3 ਬੰਦਿਆਂ ਤੇ ਪਰਚਾ ਦੇ ਦਿੱਤਾ, ਜਦੋਂ ਕਿ ਇਹਦੇ ਵਿੱਚ BSF ਵਾਲੇ ਖੁਦ ਦੋਸ਼ੀ ਨੇ। ਉਸ ਪੜਤਾਲ ਦੇ ਵਿੱਚ ਉਹਨਾਂ ਅਫਸਰਾਂ ਦੇ ਨਾਮ ਹੈਗੇ ਨੇ ਜੀ, ਵੀ ਆਹ ਅਫਸਰ ਵੀ BSF ਦੇ ਦੋਸ਼ੀ ਨੇ ਜੀ, ਤੇ ਇਹਨਾਂ ਨੇ ਸਾਰਾ ਕੁਝ ਅਫਸਰਾਂ ਨੇ ਲੁਕੋ ਲਿਆ। ਮੈਂ ਜਿਹੜਾ 2-3 ਸਾਲ ਤੋਂ ਲੜਾਈ ਲੜ ਰਿਹਾ, ਮੈਂ ਇਹ ਲੜ ਰਿਹਾ ਵੀ ਇਸ ਕੇਸ ਨੂੰ ਜਿਹੜਾ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਵੱਡੇ IAS ਅਫਸਰ, PCS ਅਫਸਰ ਨੇ ਜੀ। ਹੁਣ ਮੈਂ ਦੇਖੋ, ਮੈਂ ਤੱਥ ਸਬੂਤ ਪੇਸ਼ ਕਰ ਰਿਹਾ, ਮੈਂ ਲਿਖਿਆ ਆਪਦੀ ਹਰੇਕ ਦਰਖਾਸਤ ਵੀ ਸਬੂਤ ਮੈਂ ਪੇਸ਼ ਕਰਾਂਗਾ ਜੀ। ਜੇ ਤੁਹਾਡੇ ਕੋਲ ਸਾਰੇ ਸਬੂਤ ਹੈਗੇ ਨੇ, ਤੁਸੀਂ ਕਹਿ ਰਹੇ ਹੋ ਇਹਦੇ ਬਾਵਜੂਦ ਵੀ ਕਾਰਵਾਈ ਨਹੀਂ ਹੋ ਰਹੀ? ਹਾਂਜੀ ਹਾਂਜੀ, ਹਾਂ ਤੁਸੀਂ 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 ਕਾਨੂੰਗੋ ਰਿਟਾਇਰ ਹੋ ਜੀ? ਬਿਲਕੁਲ, ਮੈਂ ਕਾਨੂੰਗੋ ਰਿਟਾਇਰ ਹਾਂ, ਫਿਰੋਜ਼ਪੁਰ ਚੋਂ ਹੀ, ਬਿਲਕੁਲ DC ਦਫ਼ਤਰ ਚੋਂ ਜੀ, ਮੈਂ ਸਦਰ ਕਾਨੂੰਗੋ ਵੀ ਲੱਗਿਆ ਰਿਹਾ, ਕਾਨੂੰਗੋ ਰਿਟਾਇਰ ਹੋਇਆ। ਜਿਹੜੀ 14/6/19 ਦੀ ਦਰਖਾਸਤ ਹੈ BSF ਦੀ ਜੀ, ਉਹ ਮੇਰੇ ਹੱਥੀ, ਮੇਰੇ ਉੱਤੇ ਦਸਤਖਤ ਨੇ, ਮੇਰੇ ਹੱਥੀ ਮਾਰਕ ਹੋਈ ਹੋਈ ਹੈ। ਉਹ ਜਿਹੜੀ ਉਹਨਾਂ ਨੇ ਫੁੱਲ ਜਲੇ ਜਿਹੜੇ ਹੈਗੇ ਨੇ ਉਹਨਾਂ ਨੇ ਲਿਖੀ ਸੀਗੀ, ਜਿਹੜੀ BSF ਵਾਲਿਆਂ ਨੇ, BSF ਵਾਲਿਆਂ ਨੇ, BSF ਵਾਲਿਆਂ ਨੇ, ਅਫਸਰਾਂ ਨੇ ਦਿੱਤੀ ਦਰਖਾਸਤ, ਉਹ ਮਾਰਕ ਹੋ ਗਏ ਮੇਰੇ ਕੋਲ ਆਈ, ਮੈਂ ਅਗਾਂਹ ਮਾਰਕ ਕੀਤੀ ਆ, ਜਾਣੀ ਕਿ ਇਸ ਪੜਤਾਲ ਦੇ ਟਾਈਮ ਮੈਂ ਵਿੱਚ ਸੀਗਾ। ਅੱਛਾ, ਉਦੋਂ ਤੁਸੀਂ ਸੀਗੇ? ਹਾਂ, ਉਦੋਂ ਮੈਂ ਸਦਰ ਕਾਨੂੰਗੋ ਸੀ ਜਦੋਂ ਪੜਤਾਲ ਚੱਲ ਰਹੀ ਸੀ। ਓਕੇ, ਤੇ ਮੈਂ 14/6/2019 ਦੀ ਇੱਕ ਮੇਰੇ ਕੋਲ ਕਾਪੀ ਪਈ ਸੀ, 14/6, ਹਾਂਜੀ 14/6/19 ਦੀ, ਹਾਂਜੀ ਹਾਂ। ਜਿਹੜੀ 46 ਕਲਾਣਾ ਰਕਬਾ ਜਿਹਦੀ ਪ੍ਰਪੋਜ਼ਲ ਦੇ ਨਾਲ 1,11,00,000 ਰੁਪਈਆ ਜਿਹੜਾ ਉਹ ਖਾ ਗਏ, ਹਾਂਜੀ 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 ਹਾਂਜੀ, ਸਰਕਾਰ ਨੂੰ ਹੀ, ਸਰਕਾਰ ਦੀ ਜ਼ਮੀਨ ਵੇਚਤੀ, ਹੈ ਨਾ, ਇਹ ਮੇਰੇ ਹੱਥੀ ਮਾਰਕ ਹੋਈ ਹੈ ਇਹ ਐਪਲੀਕੇਸ਼ਨ, ਇਹ ਤੁਹਾਡਾ ਇਹੋ ਹੀ ਹੈ ਨਾ ਜੀ, ਵੀ ਸਰਕਾਰ ਨੂੰ ਹੀ ਸਰਕਾਰ ਦੀ ਜ਼ਮੀਨ ਵੇਚ ਦਿੱਤੀ ਗਈ? ਹਾਂਜੀ 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 ਹਾਂਜੀ, ਇਹ ਜਿਹੜੀ ਸਰਕਾਰੀ ਜ਼ਮੀਨ ਸੀ, ਮੈਂ ਜਿਹੜੇ ਅੱਜ ਤੁਹਾਡੇ ਕੋਲ ਨਵੇਂ ਤੱਥ ਸਰਕਾਰ ਨੂੰ ਭੇਜੇ ਨੇ, ਨਵੇਂ ਤੱਥ ਸਰਕਾਰ ਨੇ ਕਿਹਾ ਵੀ ਇਹਦੀ ਐਪਲੀਕੇਸ਼ਨ ਦੇ ਮੁਤਾਬਕ ਇਹਨੂੰ ਸੂਚਿਤ ਕਰੋ ਬੰਦੇ ਨੂੰ ਤੇ ਸਰਕਾਰ ਨੂੰ ਵੀ। ਤੁਸੀਂ ਨਵੇਂ ਤੱਥ ਕੀ ਭੇਜੇ ਨੇ ਹੁਣ, ਜਿਹੜੇ ਤੁਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਭੇਜੇ ਨੇ ਤੇ ਜਿਹੜੀ ਤੁਸੀਂ ਚਿੱਠੀ ਸੁਪਰੀਮ ਕੋਰਟ ਚੀਫ ਜਸਟਿਸ ਆਫ ਇੰਡੀਆ ਨੂੰ ਲਿਖੀ ਹੈ? ਹਾਂਜੀ ਹਾਂਜੀ, ਮੈਂ ਦੁਖੀ ਹੋ ਕੇ ਫਿਰ ਸੁਪਰੀਮ ਕੋਰਟ ਨੂੰ ਮੇਲ ਕਰਾਈ ਆ ਜੀ, ਵੀ ਇੱਥੇ ਆਹ ਕੁਛ ਹੋ ਰਿਹਾ ਤੇ ਉਹ ਜਿਹੜੇ ਇਹਦੇ ਵਿੱਚ ਤੱਥ ਹੈ ਵੀ ਜਿਹੜੀ BSF ਦੀ ਚੌਂਕੀ ਹੈ 46 ਕਨਾਲ ਦੀ ਜੀ, ਇਹ ਸੈਂਟਰ ਗੌਰਮੈਂਟ ਦੀ ਸੀ ਸਾਰੀ ਗੱਲ, ਹਾਂਜੀ, ਬਟ ਉਦਣ ਮੈਂ ਤੁਹਾਨੂੰ ਦੱਸਿਆ ਸੀ, ਅੱਜ ਮੈਂ ਜਿਹੜੀ ਤੁਹਾਨੂੰ ਗੱਲ ਨਵੀਂ ਦੱਸਦਾ ਪਿਆ ਉਹਦੇ 'ਚ ਇਹ ਹੈ ਜੀ, ਤਾਰੋਂ ਪਾਰ ਜਿਹੜਾ ਰਕਬਾ ਸੀ 16 ਕਨਾਲ, ਹਾਂ, ਉਹ ਤਾਂ ਨੋਟੀਫਿਕੇਸ਼ਨ ਕਰਾਉਣ ਦੀ ਲੋੜ ਨਹੀਂ ਸੀ ਜੀ, ਕਿਉਂ ਤਾਂ ਉਹ ਤਾਂ ਤਾਰੋਂ ਪਾਰ ਸੀ, ਤਾਰੋਂ ਪਾਰ ਦੀ ਨੋਟੀਫਿਕੇਸ਼ਨ। ਅੱਛਾ, ਜਿਹੜਾ ਤੁਸੀਂ ਉਹ ਮੈਨੂੰ
ਉਹ ਚਾਰਟ ਭੇਜਿਆ ਸੀ, ਇੱਕ ਪਿੰਕ ਵਾਲਾ ਤੇ ਇੱਕ ਔਰੇਂਜ ਵਾਲਾ, ਜਿਹੜਾ ਪਿੰਕ ਵਾਲਾ ਤਾਰੋ ਪਾਰ ਹੈ, ਹਾਂਜੀ ਹਾਂਜੀ ਹਾਂਜੀ, ਪਿੰਕ ਵਾਲਾ ਤਾਰੋ ਪਾਰ ਹੈ ਗੁਲਾਬੀ ਜਿਹੜਾ, ਪਿੰਕ ਵਾਲਾ ਤਾਰੋ ਪਾਰ ਹੈ ਜਿਹੜਾ, ਉਹਦੀ ਤਾਂ ਨੋਟੀਫਿਕੇਸ਼ਨ ਦੀ ਲੋੜ ਨਹੀਂ ਸੀ, ਠੀਕ ਹੈ, ਬਟ ਇਹਨਾਂ ਅਫਸਰਾਂ ਨੇ ਅੱਖਾਂ ਤੇ ਪੱਟੀ ਬੰਨ ਕੇ, ਐਸਡੀਐਮ ਸਾਰੇ ਅਫਸਰਾਂ ਨੇ ਜੀ, ਤਹਿਸੀਲਦਾਰ ਕਾਨੂੰ ਉਹ ਪਟਵਾਰੀਆਂ ਨੇ ਅੱਖਾਂ ਤੇ ਪੱਟੀ ਬੰਨ ਕੇ ਇਹ ਸਭ ਕੁਝ ਕੀਤਾ ਜੀ, ਜਿਹੜੇ ਤੁਹਾਨੂੰ ਮੈਂ ਨਵੇਂ ਤੱਥ ਉਧਰ ਨਹੀਂ ਦੱਸੇ, ਅੱਜ ਨਵੇਂ ਤੱਥ ਜਿਹੜੇ ਮੈਂ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ, ਅਫਸਰਾਂ ਨੂੰ ਦੱਸਣਾ ਚਾਹੁੰਦਾ, ਕੁਛ ਤੱਥ ਅਜੇ ਵੀ ਉਹਦੇ ਵਿੱਚ ਥੋੜੇ ਜਿਹੇ ਵੀ ਮੈਂ ਚਾਹੁੰਦਾ ਵੀ ਜਿਵੇਂ ਸੀਬੀਆਈ ਵਗੈਰਾ ਕੋਈ ਇਨਕੁਆਇਰੀ ਕਰੇ ਤੇ ਮੈਂ ਜਿਹੜੀਆਂ ਕੁਛ ਮਹੱਤਵਪੂਰਨ ਗੱਲਾਂ ਨੇ, ਨਹੀਂ ਤੁਸੀਂ ਮਹੱਤਵਪੂਰਨ ਗੱਲਾਂ ਲੁਕਾ ਕਿਉਂ ਰਹੇ ਹੋ ਫਿਰ, ਦੱਸੋ ਨਾ ਸਾਰੀਆਂ ਗੱਲਾਂ, ਮੈਂ ਦੱਸਦਾ ਪਿਆ ਨਾ ਤੁਹਾਨੂੰ, ਹਾਂ ਮੈਂ ਦੱਸਦਾ ਪਿਆ ਵੀ ਜਿਹੜਾ ਤੁਸੀਂ ਦੇਖ ਰਹੇ ਹੋ ਔਰੇਂਜ ਜੀ, ਜਿਹੜਾ ਔਰੇਂਜ ਦੇਖ ਰਹੇ ਹੋ ਨਾ 16 ਕਨਾਲ, ਹਾਂਜੀ ਹਾਂਜੀ, ਇਹ ਨਵੇਂ ਤੱਥ ਇਹ ਹੈ ਵੀ ਜਿਹੜਾ ਇਹ 16 ਕਨਾਲ ਰੱਖਦਾ ਹੈ, ਹਾਂਜੀ, ਇੱਥੇ BSF ਦੀ ਚੌਂਕੀ ਸੀ, ਜਾਣੀ ਕਿ BSF ਦਾ ਘਰ ਬਣਿਆ ਸੀ, BSF ਬੈਠੀ ਹੋਈ ਸੀ ਪਹਿਲੇ ਮੁਹੰਦੀ ਵਾਲਾ ਬਣਨ ਤੋਂ ਪਹਿਲਾਂ ਹੀ, ਨਹੀਂ 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 ਮੁਹੰਦੀ ਵਾਲਾ ਚੌਂਕੀ ਬਣੀ ਹੈ ਨਾ 92 ਚ, ਹਾਂਜੀ, BSF ਜਿਹੜਾ ਪੀਲੇ ਵਾਲਾ ਨਿਸ਼ਾਨ ਤੁਹਾਨੂੰ ਮੈਂ ਦਿਖਾਇਆ, ਹਾਂਜੀ, BSF ਦੀ ਚੌਂਕੀ ਬੈਠੀ ਸੀ, ਠੀਕ ਹੈ, ਪਰ ਇਹ BSF ਦੀ ਚੌਂਕੀ ਵਾਲਾ ਰਕਬਾ ਇੱਕ ਅਰਜਨ ਸਿੰਘ ਬੰਦਾ ਉਹਨੂੰ ਅਲਾਟ ਕਰਾਤਾ, ਕਿੰਨਾ ਨੇ ਅਲਾਟ ਕਰਾਤਾ, ਇਹਨਾਂ ਬੜਵਾਲੀਆਂ ਕਾਨੂੰਗਾ ਤਹਿਸੀਲਦਾਰਾਂ ਨੇ, ਅੱਛਾ ਉਹਨੂੰ ਅਲਾਟ ਕਰਾਤਾ ਵੀ ਉਹਦੀ ਜਗ੍ਹਾ, ਇਹ ਵੱਖਰੇ ਤੱਥ ਨੇ, ਨਵਾਂ ਤੱਥ ਮੈਂ ਦੱਸ ਰਿਹਾ ਤੁਹਾਨੂੰ, ਹਾਂ, ਜਦੋਂ ਉੱਥੇ BSF ਬੈਠੀ ਆ ਜੀ, ਫਿਰ ਤਾਂ ਰਕਬਾ ਕਿਸੇ ਨੂੰ ਅਲਾਟ ਹੋ ਹੀ ਨਹੀਂ ਸਕਦਾ, ਅੱਛਾ, ਤਹਿਸੀਲਦਾਰ ਨੇ ਸੱਤ ਵਾਰ, ਕਦੋਂ ਲੌਟ ਆਇਆ, ਕਦੋਂ ਲੌਟ ਆਇਆ, ਮੈਂ ਦੱਸਦਾ ਪਿਆ, ਤਹਿਸੀਲਦਾਰ ਨੇ ਸਿੱਕਾ ਨੰਬਰ 60-62 ਜਾਣੀ ਕਿ 6062 ਜੀ, ਮਿਤੀ 31-12-2003 ਜੀ, 2003 ਨੂੰ ਅਲਾਟ ਕਰਤਾ ਉਸ ਬੰਦੇ ਨੂੰ, 2003 ਨੂੰ, ਮਤਲਬ 1995 ਦੇ ਵਿੱਚ ਉੱਥੇ ਚੌਂਕੀ ਬਣ ਗਈ, ਤੇ ਇਹ ਜਿਹੜੇ ਅਫਸਰ ਹੈ ਇਹਨਾਂ ਦੀ ਇਹਨੇ ਜਿਹੜੇ ਨੇ ਕਹਿੰਦੇ ਵੀ ਇਹਨਾਂ ਨੂੰ ਕੋਈ ਪਰਵਾਹ ਨੀ ਕਿਸੇ ਚੀਜ਼ ਦੀ, ਤੇ ਇਹਨਾਂ ਨੇ ਅਲਾਟ ਕਰਤਾ 2003 ਦੇ ਵਿੱਚ ਇੱਕ ਪ੍ਰਾਈਵੇਟ ਬੰਦੇ ਨੂੰ, ਹਾਂਜੀ, ਇੱਕੋ ਪਟਵਾਰੀ ਨਾਲ ਰਲ ਕੇ ਅਫਸਰਾਂ ਨੇ, ਤਹਿਸੀਲਦਾਰਾਂ ਨੇ, ਦੇਖੋ ਉਹਨੂੰ ਬੰਦੇ ਨੂੰ ਚੌਂਕੀ ਅਲਾਟ ਕਰਤੀ, ਹਾਏ ਰੱਬਾ ਚੌਂਕੀ ਅਲਾਟ ਕਰਤੀ, ਅੱਛਾ ਚੌਂਕੀ ਉਹਨੂੰ ਦੇਤੀ ਵੀ ਤੇਰੀ ਹੈ, ਹਾਂ, ਹੁਣ ਨਾ ਤੁਹਾਨੂੰ ਕੀ ਤੱਥ ਦੱਸਦਾ, ਬੜਾ ਜ਼ੋਰ ਲਾਇਆ ਅਫਸਰਾਂ ਨੇ, ਬੜਾ ਜ਼ੋਰ ਲਾਇਆ ਵੀ ਸਾਡੇ ਹੱਥ ਆਵੇ, ਕੀ ਆ ਜਾਵੇ ਵੀ ਸਾਡੇ ਹੱਥੋਂ ਵਸੀਕਾ ਆਵੇ, ਵਿਜੀਲੈਂਸ ਵਾਲਿਆਂ ਨੇ ਬੜਾ ਜ਼ੋਰ ਲਾਇਆ ਅਫਸਰਾਂ ਨੇ, ਅੱਛਾ ਵਸੀਕਾ ਨੀ ਲੱਭਿਆ, ਵਸੀਕਾ ਨੀ ਲੱਭਿਆ ਇਹਨਾਂ ਨੂੰ, ਅੱਛਾ ਉਹ ਵੀ ਗਲਤ ਜਾਲੀ ਨੰਬਰ ਪਾ ਕੇ ਕੀਤੀ ਹੈ, ਨਹੀਂ ਇਹ ਨੰਬਰ ਤਾਂ ਇਹੀ ਨਾ ਜਿੱਥੇ ਬਣਾਏ ਹੋਏ ਨੇ, ਹਾਂ, ਪਰ ਰਕਬਾ ਤਾਂ ਸਰਕਾਰ ਦਾ ਹੀ ਸੀ ਨਾ, ਤੇ ਸਰਕਾਰ ਉੱਥੇ ਬੈਠੀ ਸੀ, BSF ਬੰਦਾ ਤਾਂ ਕਾਸਟ ਕਰ ਹੀ ਨਹੀਂ ਰਿਹਾ ਸੀ, ਠੀਕ ਹੈ, ਬੰਦਾ ਕਾਸਟ ਨਹੀਂ ਕਰ ਰਿਹਾ ਸੀ, ਪਰ ਇਹਨਾਂ ਨੇ ਚੌਂਕੀ ਉਹਨੂੰ ਅਲਾਟ ਕਰਤੀ, ਫਿਰ ਉਹ ਸਾਰੇ ਬੰਦੇ ਵਿੱਚ ਇਨਵੋਲਵ ਹੋਣੇ ਨਾ ਜਿਨ੍ਹਾਂ ਨੇ ਇਹਨੂੰ ਅਲਾਟ ਕਰ ਦਿੱਤੀ, ਹਾਂਜੀ, ਹੁਣ ਮੈਂ ਫਾਇਦੇ ਕੀ, ਮੈਂ ਤੁਹਾਨੂੰ ਦੱਸਦਾ ਵੀ ਬਦਨੀਤੀ ਵੇਖੋ ਇਹਨਾਂ ਅਫਸਰਾਂ ਦੀ ਕਿੱਡੀ ਗੰਦੀ ਬਦਨੀਤੀ ਸੀ ਜੀ, ਵੀ ਉਹ ਜਦੋਂ ਉਸ ਬੰਦੇ ਨੂੰ ਅਲਾਟ ਹੋ ਗਿਆ ਸੀ ਰਕਬਾ ਜੀ, ਤੇ ਇਹ ਜਿਹੜਾ ਤਾਰੋ ਪਾਲ ਸੀ ਤੇ 30 ਕਨਾਲਾ ਉਰੇ, ਹਾਂ, 40 ਕਨਾਲ ਦਾ ਨੋਟੀਫਿਕੇਸ਼ਨ ਕਰਾਤਾ, 40 ਕਨਾਲਾ ਨੋਟੀਫਿਕੇਸ਼ਨ, ਕੀ ਕਰਾਤਾ ਨੋਟੀਫਿਕੇਸ਼ਨ, ਨੋਟੀਫਿਕੇਸ਼ਨ ਕਰਾਤਾ ਹੈ ਨਾ ਵੀ ਇਹ ਰਕਬਾ ਜਿਹੜਾ ਅਸੀਂ ਅਕਵਾਇਰ ਕਰ ਲਿਆ, ਅੱਛਾ, ਤੇ ਇਹਨਾਂ ਬੰਦਿਆਂ ਨੂੰ ਪੈਸੇ ਦਿੱਤੇ ਜਾਣ, ਅੱਛਾ, ਇਹ ਬੰਦਿਆਂ ਕੋਲ ਥਾਂ ਹੈ ਜਿਹਦੀ 1 ਕਰੋੜ ਤੇ 11 ਲੱਖ ਰੁਪਏ ਦੀ ਪੇਮੈਂਟ ਹੋਈ ਹੈ, ਹਾਂਜੀ 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 ਹਾਂਜੀ, ਠੀਕ ਹੈ, ਹੁਣ ਵੇਖੋ ਭੰਡਾਰੀ ਸਾਹਿਬ ਜਿਹੜਾ ਨਵਾਂ ਤੱਥ ਤੁਹਾਨੂੰ ਮੈਂ ਦੱਸਦਾ ਪਿਆ, ਜਿਹੜੇ ਮੈਂ ਉਜਾਗਰ ਕਰਨੇ ਚਾਹੁੰਦਾ ਜੀ, ਬੋਲੋ ਵੀ ਉਹ ਜਿਹੜਾ ਅਰਜਨ ਸਿੰਘ ਨੂੰ ਰਕਬਾ ਇਹਨਾਂ ਅਲਾਟ ਕਰਤਾ ਵਸੀਕਾ ਨੰਬਰ 60-62 ਦੇ ਨਾਲ ਜੀ, ਉਹ ਬਦਨੀਤੀ ਕੀ ਸੀ ਵੀ ਉਹ ਜਦੋਂ ਹੁਣ ਰੋਲਾ ਪਿਆ ਜਿਹੜੀ 14-6-19 ਵਾਲੀ ਐਪਲੀਕੇਸ਼ਨ ਹੈ, ਉਸ ਤੋਂ ਪਹਿਲਾਂ ਕੀ ਹੋਇਆ, ਉਸ ਤੋਂ ਪਹਿਲਾਂ ਕੀ ਹੋਇਆ ਵੀ ਪਟਵਾਰੀ ਸਾਹਿਬ ਨੇ ਜਾਂ ਅਫਸਰਾਂ ਨੇ ਉਹਦੇ ਨਾਂ ਰਕਬਾ ਹੈਗਾ ਸੀ, ਉਹਨੂੰ ਕਾਗਜ਼ ਬਣਾ ਕੇ ਦਿੱਤੇ ਹੋਏ ਸੀ ਜੀ,
ਉਹ ਇਹਨਾਂ ਨੂੰ ਕਰਦਾ ਸੀ ਤੰਗ ਅਫਸਰਾਂ ਨੂੰ ਬੰਦਾ ਵੀ ਮੈਨੂੰ ਉਸ ਜਗ੍ਹਾ ਤੇ ਪੈਸੇ ਦਿਓ ਤੇ ਮੈਨੂੰ ਵੀ ਮੇਰਾ ਰਕਬਾ ਹੈ BSF ਉੱਥੇ ਬੈਠੀ ਹੈ ਮੈਨੂੰ ਪੈਸੇ ਦਿਓ ਨਹੀਂ ਤੇ ਉਹ ਤੇ ਪਹਿਲੇ ਅੱਛਾ ਇਹਨਾਂ ਨੇ ਉਹਨੂੰ ਲਾਡ ਕਰਾ ਦਿੱਤਾ ਨਾ ਫਿਰ ਉਹ ਬੰਦਾ ਮਾਲਕ ਬਣ ਗਿਆ ਉਸ ਜਗ੍ਹਾ ਦਾ ਤੇ ਪਰ ਅਫਸਰਾਂ ਨੇ ਇਹ ਨਹੀਂ ਵੇਖਿਆ ਵੀ BSF ਤੇ ਬੈਠੀ 1995 ਦੀ ਤੇ ਇਹਨੂੰ 2003 ਚ ਆਪਾਂ ਮਾਲਕ ਬਣਾਉਂਦੇ ਆ ਇਹ ਅੰਨੇ ਸੀ ਨਾ ਇਹ ਅੰਨੇ ਸੀਗੇ ਇਹਨਾਂ ਨੇ ਕੀ ਕੀਤਾ ਵੀ ਬੰਦੇ ਨੂੰ ਕਹਿਤਾ ਪਟਵਾਰੀ ਸਾਹਿਬ ਨੇ ਤੇ ਅਫਸਰਾਂ ਨੇ ਵੀ ਜਾ ਯਾਰ ਤੂੰ ਅਦਾਲਤ ਤੇ ਚਲਾ ਜਾ ਅੱਛਾ ਤੁਸੀਂ ਇੱਕ ਗੱਲ ਨਿਸ਼ਾਨ ਸਿੰਘ ਜੀ ਦੱਸੋ ਵੀ ਜਿਵੇਂ ਸਰਕਾਰੀ ਜ਼ਮੀਨਾਂ ਨੂੰ ਇਸ ਤਰ੍ਹਾਂ ਰਲ ਮਿਲ ਕੇ ਖੁਰਦ ਬੁਰਦ ਕਰ ਰਹੇ ਆ ਅੱਜ ਵੀ ਉਹ ਉਰਦੂ ਦੇ ਸ਼ਬਦ ਚੱਲਣ ਦੇ ਨੇ ਸਾਨੂੰ ਵੀ ਨਹੀਂ ਸਮਝ ਲੱਗਦੀ ਕੀ ਲਿਖ ਰਹੇ ਇਹਦਾ ਮਤਲਬ ਵੀ ਜੇ ਪੰਜਾਬ ਸਰਕਾਰ ਇੱਕ ਪੂਰੀ ਕਮੇਟੀ ਬਣਾ ਕੇ ਇਹਨਾਂ ਸਰਕਾਰੀ ਜ਼ਮੀਨਾਂ ਦੀ ਜਾਂਚ ਕਰਾ ਲਏ ਤੇ ਇਹਦਾ ਬਹੁਤ ਸਾਰਾ ਘਪਲਾ ਨਿਕਲੂਗਾ ਸਾਹਮਣੇ ਦੇਖੋ ਜੀ ਮੈਂ ਤੁਹਾਨੂੰ ਦੱਸਦਾ ਮੈਂ ਫਿਰੋਜ਼ਪੁਰ ਦੀ ਗੱਲ ਕਰਦਾ ਜੀ 10,000 ਏਕੜ ਰਕਬਾ ਸੁਣੋ ਮੇਰੀ ਗੱਲ ਧਿਆਨ ਨਾਲ ਘੱਟੋ ਘੱਟ 10,000 ਏਕੜ ਰਕਬਾ ਖੁਰਦ ਬੁਰਦ ਕੀਤਾ ਹੋਇਆ ਤੁਸੀਂ ਕਹਿੰਦੇ ਜਾਂਚ ਹੋਵੇ 254 ਏਕੜ ਦਾ ਤੁਹਾਨੂੰ ਮੈਂ ਥੋੜ੍ਹੇ ਦਿਨ ਹੀ ਹੋ ਗਏ ਗੱਲ ਕੀਤੀ ਸੀ ਖਬਰ ਚੱਲਦੀ ਵੀ ਨਹੀਂ ਹੈ 254 ਏਕੜ ਦੀ BSF ਦੀ ਗੁਰੂ ਸਾਹਿਬ ਦੀ ਇਸ ਤਰ੍ਹਾਂ ਬਹੁਤ ਰਕਬਾ ਹੈ ਪਰ ਇਹਦੇ ਵਿੱਚ ਜਿਹੜਾ BSF ਨਾਲ ਇਹਨਾਂ ਨੇ ਚਾਲਸਾਜੀ ਕੀਤੀ ਉਹ ਬੰਦਾ ਜਦੋਂ ਅਦਾਲਤ 'ਚ ਗਿਆ ਜੀ ਜਦੋਂ ਅਦਾਲਤ 'ਚ ਗਿਆ ਕਾਪੀ ਉੱਪਰ ਹੋਮ ਮਿਨਿਸਟਰ ਨੂੰ ਜਾਣੀ ਸੀ ਦਿੱਲੀ ਜੀ ਜਦੋਂ ਕਾਪੀ ਹੋਮ ਮਿਨਿਸਟਰ ਨੂੰ ਗਈ ਉਹਨਾਂ ਨੇ ਥੱਲੇ BSF ਨੂੰ ਖਿੱਚ ਲਿਆ ਜੀ ਉਹ ਕਹਿੰਦੇ ਭੜਵੀ ਹੋ ਇਹਦਾ ਤੇ ਆਪਾਂ ਪੈਸੇ ਦਿੱਤੇ ਹੋਏ ਨੇ 1,11,00,000 ਅੱਛਾ ਤੇ ਤੁਸੀਂ ਅੱਜ ਕਿਵੇਂ ਪੈਸੇ ਮੰਗੀ ਜਾਂਦੇ ਹੋ ਅੱਛਾ ਦੋਹਰੇ ਵਾਰਾ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਹਾਂਜੀ ਦੋਹਰੀ ਵਾਰਾ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ 1,11,00,000 ਨਹੀਂ ਉਸ ਬੰਦੇ ਨੂੰ ਲਾਡ ਕਰਤਾ ਸੀ ਨਾ ਰਕਬਾ ਇਹਨਾਂ ਨੇ ਹਾਂ ਤੇ ਉੱਥੇ BSF ਬੈਠੀ ਸੀ ਹਾਂ ਤੇ ਉਹਨੂੰ ਪੈਸੇ ਦਿੱਤੇ ਨਹੀਂ ਨਹੀਂ ਉਹਨੂੰ ਤਾਂ ਪੈਸੇ ਮਿਲੇ ਹੀ ਨਹੀਂ ਨਾ ਜਿਹੜਾ ਲਾਟੀ ਸੀਗਾ ਅੱਛਾ ਪੈਸੇ ਮਿਲੇ ਕਿਹਨੂੰ ਫਿਰ ਪੈਸੇ ਮਿਲੇ ਇੱਕ ਉਹ ਤੁਸੀਂ ਉਦੋਂ ਦੇਖਿਆ ਬਿੱਲੂ ਸਿੰਘ ਇਹਦਾ ਸਾਲਾ ਇੱਕ ਤੇ ਇੱਕ ਹੋਰ ਬੰਦਾ ਬਟਵਾਰੀ ਤੇ ਉੱਤੇ ਇਹਨੂੰ ਇਹ ਤੇ ਸਾਰਾ ਤਾਂ ਸਾਰਾ ਹੀ ਕਪਲੇ ਦਾ ਕਪਲਾ ਹੈ ਤੇ ਸਰ ਮੇਰੀ ਗੱਲ ਸੁਣੋ ਰਕਬਾ ਵੱਧ ਗਿਆ ਨਾ ਦੇਖੋ 46 ਕਨਾਲ ਦੀ ਇਹਨਾਂ ਨੋਟੀਫਿਕੇਸ਼ਨ ਕਰਾਉਣੀ ਸੀ ਹਾਂ ਤੇ ਜਿਹੜਾ ਵਿੱਚ 16 ਕਨਾਲ ਉਸ ਬੰਦੇ ਦਾ ਸੀਗਾ ਹਾਂ ਉਹ ਤਾਂ ਰਹਿ ਗਿਆ ਨਾ ਜਿੱਥੇ ਮੌਕੇ ਤੇ BSF ਆਪ ਬੈਠੀ ਹੋਈ ਹੈ ਚੌਂਕੀ ਬਣਾ ਕੇ ਉਹ 46 ਕਨਾਲਾਂ ਤੋਂ 16 ਕਨਾਲਾਂ ਆਡੇ ਥਾਂ ਵੱਧ ਗਿਆ ਜੀ ਵੱਧ ਗਿਆ ਅੱਛਾ ਵੱਖਰੀ ਥਾਂ ਹੈ ਮਤਲਬ ਫਿਰ 46 ਤੇ 16-62 ਕਨਾਲਾਂ ਥਾਂ ਦਾ ਰੌਲਾ ਪੈ ਗਿਆ ਨਾ ਤੁਸੀਂ ਦੇਖੋ ਵੀ ਜਿਹੜਾ ਤੁਹਾਨੂੰ ਮੈਂ ਪੀਲੇ ਰੰਗ ਦਾ ਬਣਾ ਕੇ ਦਿੱਤਾ ਹੈ ਨਾ ਹਾਂ ਜਿਹੜਾ ਪੀਲੇ ਰੰਗ ਵਾਲਾ ਉਹਦਾ ਫਿਰ ਇਹਨਾਂ ਨੇ ਤਬਾਦਲਾ ਕਰਤਾ ਉਸ ਬੰਦੇ ਦੇ ਨਾਂ ਤੇ ਉਸ ਬੰਦੇ ਦਾ BSF ਨਾਲ ਦੇਖੋ ਜੀ BSF ਨਾਲ ਨੋਟੀਫਿਕੇਸ਼ਨ ਵਾਲੇ ਬੰਦੇ ਦਾ ਕੋਈ ਵੀ ਤਬਾਦਲਾ ਨਹੀਂ ਕਰਦਾ ਹੋਮ ਮਿਨਿਸਟਰ ਵੀ ਨਹੀਂ ਕਰਦਾ ਤਬਾਦਲਾ ਸਰਕਾਰ ਦੀ ਮਨਜ਼ੂਰੀ ਬਿਨਾਂ ਕਿਵੇਂ ਹੋ ਜੂਗਾ ਇਹ ਦੱਸੋ ਚਲੋ ਇੰਨਾ ਵੱਡਾ ਕਪਲਾ ਹੋ ਰਿਹਾ ਹੈ ਸਭ ਕੁਛ ਚੱਲ ਰਿਹਾ ਤੁਸੀਂ ਰੌਲਾ ਵੀ ਪਾ ਰਹੇ ਹੋ ਤੇ ਇਹ ਕੋਈ ਕਿਸੇ ਪਾਸੇ ਗੱਲ ਲੱਗਦੀ ਕਿਉਂ ਨਹੀਂ ਪਈ ਵਿਜੀਲੈਂਸ ਵੀ 4 ਸਾਲ ਜਾਂਚ ਕਰਦੀ ਏ ਮਾਮਲਾ ਵੀ ਦਰਜ ਹੋ ਜਾਂਦਾ ਕਿਸੇ ਪਾਸੇ ਜਾਂਚ ਲੱਗ ਕਿਉਂ ਨਹੀਂ ਰਹੀ ਭੰਡਾਰੀ ਸਾਹਿਬ ਜੀ ਮੈਂ ਅੱਜ ਵੀ ਜ਼ੋਰ ਲਾਊਂਗਾ ਅਗਾਂਹ ਜ਼ੋਰ ਲਾਉਂਦਾ ਰਹੂੰਗਾ ਵੀ ਇਹ ਕੇਸ ਜਦ ਤੱਕ CBI ਹੱਥ ਨਹੀਂ ਜਾਂਦਾ ਇਹਨਾਂ DC ਨੇ ਕਮਿਸ਼ਨਰਾਂ ਨੇ ਕੁਛ ਨਹੀਂ ਇਹਦਾ ਵਰਤਿਆ ਜਾਣ ਦੇਣਾ ਕਿਉਂਕਿ ਇਹਦੇ ਵਿੱਚ ਸਿੱਧੇ ਅਫਸਰ ਦੋਸ਼ੀ ਨੇ ਵੱਡੇ DC ਕਮਿਸ਼ਨਰ ਸਿੱਧੇ ਦੋਸ਼ੀ ਨੇ ਤੁਸੀਂ ਦੇਖੋ ਵੀ ਹੁਣ ਜਿਹੜੀ ਨਵੀਂ DC ਆਈ ਹੈ ਹੈਲੋ ਹਾਂਜੀ ਹਾਂਜੀ ਸੁਣ ਰਹੇ ਮੈਂ ਨਵੀਂ DC ਦੇ ਧਿਆਨ ਚ ਮੈਂ ਸਾਰਾ ਮੈਟਰ ਲਿਆ ਤਾ ਅੱਛਾ ਹੁਣ ਨਵੇਂ DC ਆ ਗਏ ਨੇ ਹਾਂ ਹੁਣ ਕਿਹੜੇ ਆ ਗਏ ਨੇ ਨਵੇਂ DC ਮੈਡਮ ਹੈ ਦੀਪ ਸ਼ਿਖਾ ਸ਼ਰਮਾ ਅੱਛਾ ਚਲੋ ਧੰਨਵਾਦ ਤੁਸੀਂ ਹੋਰ ਕੁਝ ਦੱਸਣਾ ਚਾਹੋ ਇਸ ਮਾਮਲੇ ਦੇ ਵਿੱਚ ਨਿਸ਼ਾਨ ਸਿੰਘ ਜੀ ਤੁਸੀਂ ਕੁਝ ਹੋਰ ਦੱਸਣਾ ਚਾਹੋ ਹਾਂਜੀ ਮੈਂ ਕਿਹਾ ਇਸ ਮਾਮਲੇ ਦੇ ਵਿੱਚ ਤੁਸੀਂ ਕੁਝ ਹੋਰ ਦੱਸਣਾ ਚਾਹੋ ਮੈਂ ਇਹੀ ਦੱਸਦਾ ਪਿਆ ਨਾ ਜੋ ਮੈਂ ਸੁਪਰੀਮ ਕੋਰਟ ਨੂੰ ਭੇਜੀ ਆ ਮੇਲ ਜੀ ਗਵਰਨਰ ਨੂੰ ਮੇਲ ਭੇਜੀ ਆ ਉਹਦੇ ਵਿੱਚ ਮੈਂ ਇਹ ਦੱਸਿਆ ਵੀ ਇਹਦੇ ਵਿੱਚ ਬਹੁਤ ਵੱਡਾ ਕਪਲਾ ਹੈ
ਜਿਹੜਾ ਅਫਸਰ ਲੁਕੋ ਰਹੇ ਹੈ, ਜਿਹੜਾ ਅਫਸਰ ਅੱਖਾਂ 'ਤੇ ਪੱਟੀ ਬੰਨ ਕੇ ਬੈਠੇ ਹੈ, ਨਹੀਂ ਸਮਝ ਆਉਣ ਦਿੰਦੇ, ਪਰ ਇਹਦੇ ਪਿੱਛੇ ਬਹੁਤ ਬੈਕਗਰਾਊਂਡ 'ਤੇ ਬਹੁਤ ਕੁਛ ਹੈ। ਚਲੋ ਸਾਰੇ ਤੱਥ ਲੋਕਾਂ ਦੇ ਸਾਹਮਣੇ ਆਉਣੇ ਚਾਹੀਦੇ ਨਾ। ਚਲੋ ਧੰਨਵਾਦ ਸਾਡਾ ਗੱਲ ਕਰ। ਤੁਸੀਂ ਸੁਣ ਰਿਹਾ ਨਿਸ਼ਾਨ ਸਿੰਘ, ਜਿਹੜੇ ਰਿਟਾਇਰਡ ਹੋ ਚੁੱਕੇ ਨੇ ਕਾਨੂੰਗ, ਉਹ ਕਹਿੰਦੇ ਵੀ ਮੈਂ ਇਕੱਲਾ ਹੀ ਲੜ ਰਿਹਾ ਅਤੇ ਕਹਿੰਦੇ ਮੈਂ CBI ਦੀ ਜਾਂਚ ਦੀ ਮੰਗ ਕਰਦਾ। ਪਰ ਰਕੇਸ਼ ਜੀ, ਗੱਲ ਸਵਾਲ ਇਹ ਹੈ ਕਿ ਜੇ ਜਾਂਚ ਫਿਰ CBI ਨੂੰ ਟ੍ਰਾਂਸਫਰ ਹੋ ਗਈ, ਮਾਮਲਾ ਦੇਖੋ ਕਿੰਨਾ ਲੰਬਾ ਚੱਲਣ ਡਿਆ। ਮਤਲਬ 2019 'ਚ ਸ਼ਿਕਾਇਤ ਕਰਦੇ ਨੇ, 24 ਆ ਗਿਆ, 4 ਕੁ ਮਹੀਨੇ, 3 ਕੁ ਮਹੀਨੇ ਰਹਿ ਗਏ, 24 ਵੀ ਲੰਘ ਜਾਣਾ, ਅਤੇ ਫਿਰ ਜੇ CBI ਨੂੰ ਮਾਮਲਾ ਟ੍ਰਾਂਸਫਰ ਹੋ ਗਿਆ, ਇਹ ਤਾਂ ਫਿਰ ਅਗਲੇ 5-7 ਸਾਲ ਚੱਲਦਾ ਰਹਿਣਾ ਕੰਮ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਸਰਕਾਰ ਆਪਣੇ ਪੈਸੇ ਦੀ ਰਿਕਵਰੀ ਕਿਉਂ ਨਹੀਂ ਕਰਦੀ? 1,11,00,236 ਵਿਆਜ ਨਾਲ ਲੈਣਾ ਚਾਹੀਦਾ, ਵਿਆਜ 5 ਕਰੋੜ ਰੁਪਇਆ ਬਣਦਾ ਰਕੇਸ਼ ਜੀ। ਹਾਂ, ਇਹ ਵਿਆਜ ਨਾਲ ਲੈਣਾ ਚਾਹੀਦਾ, ਵਿਆਜ ਨਾਲ ਰਵਣਾ ਚਾਹੀਦਾ, ਸਾਰਿਆਂ ਨੂੰ ਟੰਗਣਾ ਚਾਹੀਦਾ, ਜਿਹੜੇ ਅਫਸਰ ਨਾਲ ਹੀ, ਉਹ ਆਉਂਦੇ ਅਫਸਰਾਂ ਦੇ ਅੰਨੇ ਹੀ ਅੱਖਾਂ 'ਤੇ ਪੱਟੀ ਬੰਨੀ ਸੀ ਉਹਨਾਂ ਦੇ, ਉਹਨਾਂ ਨੂੰ ਪਤਾ ਲੱਗਾ ਵੀ ਆਉਂਦੇ ਜਿਹੜੀ ਤਾਰੋਂ ਪਾਰ 16 ਕਨਾਲ ਜ਼ਮੀਨ ਸੀ, ਉਹਦੀ ਨੋਟੀਫਿਕੇਸ਼ਨ ਕਿੱਦਾਂ ਕਰਤੀ, ਉਹਦੀ ਮਾਲਕੀ BSF ਦੀ ਚੌਂਕੀ ਵਾਲੀ ਥਾਂ ਦੀ ਉੱਤੇ ਕਿੱਦਾਂ ਕਰਦੀ ਅਰਜਨ ਸਿੰਘ ਨਾਂ ਦੇ ਵਿਅਕਤੀ ਨੇ, ਮਗਰੋਂ ਅਰਜਨ ਸਿੰਘ ਦੇ ਪੈਸੇ ਵੰਡਣ ਲੱਗ ਪਿਆ, ਮੰਗਣ ਲੱਗ ਪਿਆ, ਉਹਨੂੰ ਕੋਈ ਹੋਰ ਜਗ੍ਹਾ ਫਿਰ ਤਬਦੀਲ ਕਰਕੇ ਦਿੱਤੀ। ਤੁਸੀਂ ਦੇਖੋ ਰਕੇਸ਼ ਜੀ, ਵੀ ਮਾਲ ਡਿਪਾਰਟਮੈਂਟ ਦੇ ਵਿੱਚ ਅਸੀਂ ਜੋ ਤੱਥ ਨਤੀਜੇ 'ਤੇ ਪਹੁੰਚੇ ਹਾਂ ਵੀ ਇੰਨਾ ਕਾਲ ਮਾਲ ਹੈ, ਉਹਨਾਂ ਦੇ ਮੁਤਾਬਕ ਕਿ 10,000 ਏਕੜ ਜ਼ਮੀਨ ਇਕੱਲੀ ਫਿਰੋਜ਼ਪੁਰ 'ਚ ਹੈ, ਅਤੇ ਜੇ ਪੰਜਾਬ ਸਰਕਾਰ ਪੂਰੀਆਂ ਜ਼ਮੀਨਾਂ ਦਾ, ਪੰਚਾਇਤੀ ਜ਼ਮੀਨਾਂ ਦਾ ਜਾਂ ਸਰਕਾਰੀ ਜ਼ਮੀਨਾਂ 'ਤੇ ਹੋਏ ਕਬਜ਼ਿਆਂ ਦਾ ਕਰ ਲਵੇ ਨਾ ਕੰਗਾਲੇ, ਅਤੇ ਪੰਜਾਬ ਦਾ ਸਾਰਾ ਹੀ ਕਰਜ਼ ਲੈ ਜਾਏ। ਇਹਨਾਂ ਦੇ ਨਿਸ਼ਾਨਦੇਹੀ ਆਪਣੀ ਸਰਕਾਰੀ ਜ਼ਮੀਨ ਦੀ ਲੱਭਦੀ ਨਹੀਂ, ਪ੍ਰਾਈਵੇਟ ਦੀ ਉਸੇ ਟਾਈਮ ਨਿਸ਼ਾਨਦੇਹੀ ਦੇ ਦਿੰਦੇ ਆ, ਇਹਨਾਂ ਨੇ ਕੀ ਰਿਕਾਰਡ ਖੰਗਾਲਣਾ। ਭੰਡਾਰੀ ਸਾਹਿਬ, ਕੀ DC ਸਾਹਿਬ ਨੇ ਆਪਾਂ ਦੋਵਾਂ ਨੂੰ ਸੱਦਿਆ ਵੀ ਆਓ ਮੈਨੂੰ ਦੱਸੋ ਯਾਰ ਕਿ ਕੀ ਹੈਗਾ ਮਸਲਾ, ਕੀ ਹੈਗਾ ਦੱਸੋ ਮੈਨੂੰ, ਕੋਈ ਕਮਿਸ਼ਨਰ ਕਾਰਪੋਰੇਸ਼ਨ ਨੇ ਸਾਨੂੰ ਦੋਵਾਂ ਨੂੰ ਸੱਦਿਆ, ਮਸਲਾ ਕੀ ਆ, ਜਿਹਨੇ ਜਦੋਂ ਹੈਗੇ ਹੀ ਉਦੋਂ ਕਿਹੜਾ ਸੱਦਿਆ, ਕੋਈ SSP ਵਿਜੀਲੈਂਸ ਨੇ ਸਾਨੂੰ ਸੱਦਿਆ ਵੀ ਦੱਸੋ ਕੀ ਹੈਗਾ ਇਹ ਮਸਲਾ, ਸਰਕਾਰ ਦੇ ਕਿਸੇ ਮੰਤਰੀ ਜਾਂ ਕਿਸੇ MLA ਨੇ ਸਾਨੂੰ ਆ ਕੇ ਪੁੱਛਿਆ, ਇਹੀ ਪੁੱਛਿਆ ਨਾ ਵੀ ਇਹ ਕੀ ਹੈਗਾ ਜੇ ਮਸਲਾ, ਤੁਸੀਂ ਸਰਕਾਰ ਦੇ ਕਬਜ਼ੇ ਆਪ ਕਰਵਾ ਰਹੀ ਆ। ਰਕੇਸ਼ ਜੀ, ਫਿਰ ਦੇਖੋ ਇਹ ਵੀ ਪੱਕਾ ਸਭ ਨੂੰ ਪਤਾ ਹੈ, ਦੇਖੋ ਕਾਰਪੋਰੇਸ਼ਨ ਦੇ ਵਿੱਚ ਸਭ ਨੂੰ ਪਤਾ ਹੈ। ਰਕੇਸ਼ ਜੀ, ਹੋਰ ਤੇ ਹੋਰ NOC ਜਾਰੀ ਕਰ ਦਿੱਤੀਆਂ ਗਈਆਂ ਉਸ ਜ਼ਮੀਨ ਦੀਆਂ, ਖਸਰਾ ਨੰਬਰ ਜਿਹੜੇ DC ਸਾਹਿਬ ਨੇ ਭੇਜੇ ਨਿਸ਼ਾਨਦੇਹੀ ਕਰਾਉਣ ਵਾਸਤੇ, ਹੋਰ ਅਤੇ ਜਿਹੜੀਆਂ ਰਜਿਸਟਰੀ ਦੇ ਖਸਰਾ ਨੰਬਰ ਨੇ ਹੋਰ ਨੇ। ਤੁਸੀਂ ਦੇਖੋ ਉੱਥੇ ਦੁਕਾਨਾਂ ਦਾ ਨਕਸ਼ਾ ਪਾਸ ਨਹੀਂ ਹੋ ਸਕਦਾ, ਸਭ ਨੂੰ ਪਤਾ ਹੈ ਦੁਕਾਨਾਂ ਬਣ ਗਈਆਂ। ਕੀ ਡਿਪਾਰਟਮੈਂਟ ਨੇ ਕੋਈ ਕਾਰਵਾਈ ਕੀਤੀ? ਮਾਲ ਬਣ ਰਿਹਾ, ਕੀ ਡਿਪਾਰਟਮੈਂਟ ਨੇ ਕਾਰਵਾਈ ਕੀਤੀ? ਅਤੇ ਫਿਰ ਪੰਜਾਬ ਦੇ ਵਿੱਚ ਕਾਹਦਾ ਸੁਧਾਰ ਹੈ, ਕਾਹਦਾ ਬਦਲਾਅ ਹੈ? ਸਿਰਫ ਬੰਦੇ ਬਦਲੇ, ਇਹਨਾਂ ਦੇ ਵੀ ਬਹੁਤ ਸਾਰੇ ਜਿਹੜੇ ਲੋਕ ਨੇ, ਸਾਨੂੰ ਦੇਖੋ ਸਰਕਾਰ ਦੇ ਕੋਲ ਖਬਰਾਂ ਪਹੁੰਚਦੀਆਂ ਹੋਣੀਆਂ ਵੀ ਕਿਸ ਤਰ੍ਹਾਂ ਜੋ ਕਰ ਰਹੇ ਨੇ, ਜਦੋਂ MLA ਨਹੀਂ ਸੀ ਬਣੇ ਉਹਨਾਂ ਦਾ ਸਟੇਟਸ ਕੀ ਸੀਗਾ, ਅਤੇ ਅੱਜ ਸਟੇਟਸ ਕੀ ਹੈ ਉਹਨਾਂ ਦਾ, ਸਭ ਦੇ ਸਾਹਮਣੇ ਕਿੱਥੋਂ ਆ ਗਈਆਂ ਕਰੋੜ ਰੁਪਏ ਦੀਆਂ ਗੱਡੀਆਂ ਇਹਨਾਂ ਕੋਲੋਂ। ਬਿਲਕੁਲ ਗੱਲ ਹੋਏਗੀ ਰਕੇਸ਼ ਜੀ, ਸਰਕਾਰ ਬਦਲੀ, ਸਿਸਟਮ ਹੋਈ, ਫੈਸਲਾ ਜਨਤਾ ਨੇ ਕਰਨਾ। ਸਾਂਦੇ ਹੋ ਆਜ਼ਾਦ, ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ, ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਕਾਰ।